ਇਹ ਵੀਡੀਓ ਜੇ ਤੁਸੀਂ ਹੁਣ ਸਟਾਰਟ ਕੀਤੀ ਆ ਤੇ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਹੋਊਗੀ ਕਿ ਜਿਹੜੇ ਆਪਣੇ ਇੰਡੀਆ ਤੋਂ ਭੈਣ ਭਰਾ ਕੋਈ ਸਟੂਡੈਂਟ ਹੈ ਜਾਂ ਕੋਈ PR ਆਉਣਾ ਚਾਹੁੰਦਾ ਕੋਈ ਯੂਰਪ ਤੋਂ ਆਉਣਾ ਚਾਹੁੰਦਾ ਹੈ ਕਿਸੇ ਵੀ ਕੰਟਰੀ ਤੋਂ ਆਉਣਾ ਚਾਹੁੰਦਾ ਉਹਨਾਂ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਹੋਊਗੀ ਤੇ ਬਹੁਤੀਆਂ ਗੱਲਾਂ ਅਸੀਂ ਨਾ ਕਰਦੇ ਹੋਏ ਆਪਣੀ ਵੀਡੀਓ ਸਟਾਰਟ ਕਰ ਵੈਲਕਮ ਬੈਕ ਟੂ ਅਰਬਨ ਕੈਨੇਡੀਅਨ ਚੈਨਲ। ਤੁਹਾਨੂੰ ਟਾਈਟਲ ਦੇਖ ਕੇ ਅਤੇ ਥੰਬਨੇਲ ਦੇਖ ਕੇ ਤਾਂ ਪਤਾ ਲੱਗ ਗਿਆ ਹੋਊਗਾ ਕਿ ਅੱਜ ਅਸੀਂ ਕਿਹੜੇ ਟੋਪਿਕ ਦੇ ਉੱਤੇ ਗੱਲ ਕਰਨੀ ਆ। ਐਕਚੁਅਲ ਦੇ ਵਿੱਚ ਮੈਂ ਇਹ ਵੀਡੀਓ ਤੁਹਾਨੂੰ ਮੈਂ ਦੱਸਦਾ ਕਿ ਕਾਹਤੇ ਬਣਾਉਣ ਲੱਗਾ। ਇਹ ਵੀਡੀਓ ਬਣਾਉਣ ਦਾ ਕਾਰਨ ਇਹ ਕਿ ਆਲਰੇਡੀ ਇਸ ਟੋਪਿਕ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਹੈਗੀਆਂ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਛ ਦੱਸਿਆ ਨਹੀਂ ਹੈਗਾ, ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ, ਬਟ ਕਈ ਵੀਡੀਓਜ਼ ਦੇ ਵਿੱਚ ਇੱਦਾਂ ਆ ਕਿ ਕਮੈਂਟ ਇੱਦਾਂ ਦੇ ਆਏ ਹੋਏ ਆ ਕਿ ਉਹਨਾਂ ਦਾ ਹਜੇ ਤੱਕ ਕਿਸੇ ਨੇ ਆਨਸਰ ਨਹੀਂ ਦਿੱਤਾ। ਆਪਣੇ ਵੱਲੋਂ ਪ੍ਰੈਕਟੀਕਲੀ ਇਸ ਵੀਡੀਓ ਦੇ ਵਿੱਚ ਤੁਹਾਡੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਅੱਜ ਜਿਹੜੇ ਬੰਦੇ ਨਾਲ ਅਸੀਂ ਇਸ ਟੋਪਿਕ ਦੇ ਉੱਤੇ ਗੱਲ ਕਰਾਂਗੇ ਅੱਜ ਉਹਦੇ ਨਾਲ ਤੁਹਾਨੂੰ ਮਿਲਾਵਾਂਗੇ। ਭਾਜੀ ਨੂੰ ਆਪਾਂ ਕਾਲ ਕਰਦੇ ਹਾਂ ਤੇ ਪੁੱਛਦੇ ਹਾਂ ਭਾਜੀ ਹੈਗੇ ਕਿੱਥੇ ਆ। ਹੈਲੋ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ? ਵਧੀਆ ਵਧੀਆ, ਤੁਸੀਂ ਸੁਣਾਓ ਕਿਵੇਂ ਆ? ਭਾਈ ਕਿੱਥੇ ਰਹਿ ਗਏ? ਆਪਾਂ ਨੇ ਅੱਜ ਵੀਡੀਓ ਬਣਾਣੀ ਲਾਇਸੈਂਸ ਦੇ ਉੱਤੇ। ਭਾਈ ਮੈਂ ਆਈ ਆ ਨਾ ਤੁਹਾਡੇ ਵਾਲੀ, ਮੈਨੂੰ ਚੇਤਾ ਆ, ਮੈਨੂੰ 2 ਮਿੰਟ ਦਿਓ, ਆਨ ਦਾ ਵੇ ਆ ਬਸ। ਓਕੇ ਆ ਜਾਓ, ਮੈਂ ਵੇਟ ਕਰਦਾ ਸਾਡੀ। ਠੀਕ ਹੈ ਜੀ। ਹਾਂਜੀ ਭਾਜੀ, ਬਾਹਰ ਹੀ ਸੀਗਾ ਕਰਦੇ। ਆ ਜਾਓ ਭਾਜੀ, ਵੈਲਕਮ। ਥੈਂਕ ਯੂ, ਥੈਂਕ ਯੂ ਸੋ ਮਚ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਨਹੀਂ ਨਹੀਂ, ਵੀਡੀਓ ਬਣਾ ਲਈ, ਨੌਲੇਜ ਦੇਣੀ ਤਾਂ ਚੰਗੀ ਗੱਲ ਹੈ। ਲਓ ਜੀ ਭਾਜੀ, ਹੁਣ ਹੀ ਆ ਗਏ, ਆਪਾਂ ਵੀਡੀਓ ਕਰਦੇ ਹਾਂ ਸਟਾਰਟ। ਭਾਜੀ ਕਾਫੀ ਪੀਣੀ ਹੈ? ਕਾਫੀ ਪੀ ਲੈਂਦੇ। ਘਰ ਦੀ ਪੀਣੀ ਕਿ ਟਾਈਮ ਦੀ ਪੀਣੀ? ਬਾਹਰ ਚੱਲਦੇ ਹਾਂ। ਟਾਈਮ ਦੀ, ਚਲੋ ਬਾਹਰ ਚੱਲਦੇ ਹਾਂ। ਟਾਈਟਲ ਦੇਖ ਕੇ ਤੇ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਊਗਾ ਕਿ ਅੱਜ ਕਿਹੜੇ ਟੌਪਿਕ ਦੇ ਅਸੀਂ ਵੀਡੀਓ ਲੈ ਕੇ ਆਏ ਹਾਂ। ਇਸ ਟੌਪਿਕ ਦੇ ਉੱਤੇ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਕਈ ਜਿਹੜੇ ਆਪਣੇ ਇੰਡੀਆ 'ਚ ਭੈਣ ਭਰਾ ਬੈਠੇ ਆ, ਕੈਨੇਡਾ ਆਉਣਾ ਚਾਹੁੰਦੇ ਆ ਸਟੱਡੀ ਵੀਜ਼ੇ 'ਤੇ ਜਾਂ PR ਇੱਥੇ ਆਉਣਾ ਚਾਹੁੰਦੇ ਆ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਵਿੱਚ, ਉਹਦੇ ਲਾਇਸੈਂਸ ਬਾਰੇ ਬਹੁਤ ਸਾਰੇ ਕੁਐਸਚਨ ਹੁੰਦੇ ਆ, ਕਨਫਿਊਜ਼ਨ ਕਹਿ ਸਕਦੇ ਹਾਂ ਕਿ ਕਨਫਿਊਜ਼ਨ ਹੁੰਦੀ ਆ ਬਈ। ਅਸੀਂ ਅੱਜ ਉਸ ਕਨਫਿਊਜ਼ਨ ਨੂੰ ਥੋੜ੍ਹਾ ਜਿਹਾ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਜੀ ਨੂੰ ਇੰਟਰੋਡਿਊਸ ਕਰਾਉਣਾ ਤੁਹਾਡੇ ਨਾਲ। ਭਾਜੀ ਦਾ ਨਾਮ ਹੈਗਾ ਹਰਵਿੰਦਰ ਸਿੰਘ। ਭਾਜੀ ਹੁਣੀ ਡਰਾਈਵਿੰਗ ਇੰਸਟ੍ਰਕਟਰ ਹੈ ਕੈਨੇਡਾ ਦੇ ਵਿੱਚ। ਲਾਸਟ 4 ਈਅਰ ਤੋਂ ਭਾਜੀ ਨੇ ਬਹੁਤ ਸਾਰੇ ਜਿਹੜੇ ਸਟੂਡੈਂਟ ਇੰਡੀਆ ਤੋਂ ਆਉਂਦੇ ਆ ਉਹਨਾਂ ਦਾ ਲਾਇਸੈਂਸ ਬਣਾਇਆ, ਹੈਲਪ ਕੀਤੀ ਆ, ਹੈ ਨਾ। ਅਤੇ ਅੱਜ ਭਾਜੀ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਅਸੀਂ ਇਸ ਚੀਜ਼ ਦੇ ਉੱਤੇ ਵੀਡੀਓ ਬਣਾਉਣੀ ਆ ਭਾਜੀ। ਭਾਜੀ ਕਹਿੰਦੇ ਕੋਈ ਨਹੀਂ, ਆਪਾਂ ਹੈਲਪ ਕਰਾਂਗੇ ਸਾਰੇ ਜਣਿਆਂ ਦੀ। ਸਟਾਰਟ ਕਰਦੇ ਹਾਂ ਭਾਜੀ ਉਹਨਾਂ ਤੋਂ। ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹਰਵਿੰਦਰ, ਜ਼ਿਆਦਾਤਰ ਲੋਕ ਮੈਨੂੰ ਮੇਰੀ ਫੀਲਡ 'ਚ ਜੱਜ ਜਾਣਦੇ ਆ, ਮੈਨੂੰ ਹੈਰੀ ਕਰਕੇ ਜਾਣਦੇ ਆ। ਅਤੇ ਜਿੱਦਾਂ ਕਿ ਤੁਸੀਂ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਮੈਂ ਲਾਸਟ 4 ਈਅਰਸ ਤੋਂ ਮੈਂ ਐਜ਼ ਅ ਡਰਾਈਵਿੰਗ ਇੰਸਟ੍ਰਕਟਰ ਕੰਮ ਕਰ ਰਿਹਾ ਇੱਥੇ। ਇਹ ਵੀਡੀਓ ਜੇ ਤੁਸੀਂ ਹੁਣ ਸਟਾਰਟ ਕੀਤੀ ਆ ਤੇ ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਹੋਊਗੀ। ਬਹੁਤੀਆਂ ਗੱਲਾਂ ਅਸੀਂ ਨਾ ਕਰਦੇ ਹੋਏ ਆਪਣੀ ਵੀਡੀਓ ਸਟਾਰਟ ਕਰਦੇ ਹਾਂ। ਕਮੈਂਟ ਸੈਕਸ਼ਨ ਦੇ ਵਿੱਚ ਜਿਹੜੇ ਸਬਸਕ੍ਰਾਈਬਰ ਹੈ ਉਹ ਕਮੈਂਟ ਕਰਦੇ ਆ, ਉਹਦਾ ਮਤਲਬ ਇਹੀ ਹੁੰਦਾ ਕਿ ਉਹ ਕੁਐਸਚਨ ਹੀ ਹੁੰਦੇ ਆ ਸਾਡੇ ਲਈ, ਉਹਦੇ ਆਨਸਰ ਅਸੀਂ ਦੇਣੇ ਹੁੰਦੇ ਆ। ਅਤੇ ਅੱਜ ਅਸੀਂ ਭਾਜੀ ਨੂੰ ਮੈਂ ਇਸੇ ਕਰਕੇ ਰਿਕੁਐਸਟ ਕੀਤੀ ਸੀ ਕਿ ਭਾਜੀ ਜ਼ਿਆਦਾ ਬੈਟਰ ਤਰੀਕੇ ਨਾਲ ਉਸ ਚੀਜ਼ ਦਾ ਜਵਾਬ ਦੇ ਸਕਦੇ। ਅਤੇ ਭਾਜੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਇੰਡੀਆ ਤੋਂ, ਜਿਹੜੇ ਆਪਣੇ ਇੰਡੀਆ ਤੋਂ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਕਿਹੜਾ ਕਿਹੜਾ ਡਾਕੂਮੈਂਟ ਉੱਥੋਂ ਲੈ ਕੇ ਆਉਣਾ ਚਾਹੀਦਾ? ਜਿਨ੍ਹਾਂ ਦੇ 2 ਸਾਲ ਨਹੀਂ ਪੂਰੇ ਹੋਏ ਇੰਡੀਆ ਦੇ ਵਿੱਚ ਇੰਡੀਆ ਦੇ ਲਾਇਸੈਂਸ ਦੇ, ਉਹ ਮਾਇਨੇ ਰੱਖਦਾ ਲਾਇਸੈਂਸ ਕਿ ਨਹੀਂ ਰੱਖਦਾ? ਪਹਿਲਾਂ ਤਾਂ ਆਪਣਾ ਇਹੀ ਕੁਐਸਚਨ ਹੈ ਸਭ ਤੋਂ ਪਹਿਲਾਂ। ਹੁਣ ਇਹਦਾ ਆਨਸਰ ਇਹੀ ਆ ਕਿ ਅਗਰ ਤਾਂ 1 ਮਹੀਨੇ ਪੁਰਾਣਾ ਫਿਰ ਤਾਂ ਉਹ ਵੈਲਿਡ ਹੈਗਾ ਤਾਂ ਹੈ ਵੈਲਿਡ, ਬਟ ਉਹ ਸਾਡੇ ਕਿਸੇ ਕੰਮ ਲਈ ਨਹੀਂ ਹੈਗਾ ਕਿਉਂਕਿ 1 ਮਹੀਨੇ ਦਾ ਐਕਸਪੀਰੀਅੰਸ ਅਗਰ ਇਹਨਾਂ ਨੇ ਪਾ ਵੀ ਦਿੱਤਾ ਹੈ ਨਾ, ਸੋ ਆਪਾਂ ਰਾਈਟ ਅਵੇ ਐਲੀਜੀਬਲ ਨਹੀਂ ਕਰਦੇ G2 ਜਾਂ G ਦੇਣ ਲਈ। ਪਹਿਲਾਂ ਤਾਂ 3 ਕਲਾਸਿਸ ਹੁੰਦੀਆਂ ਇੱਥੇ ਲਾਇਸੈਂਸ ਦੀ, ਹਾਂਜੀ, G1 ਫਿਰ G2 ਫਿਰ G। G1 ਤੁਹਾਡਾ ਰਿਟਰਨ ਹੁੰਦਾ, ਹਾਂਜੀ, ਜਿਹਦੇ 'ਚ ਉਹ ਤੁਹਾਡਾ ਬੈਕ ਹੋਮ ਦਾ ਐਕਸਪੀਰੀਅੰਸ ਵੀ ਐਡ ਕਰਦੇ ਆ। ਜਦੋਂ ਐਕਸਪੀਰੀਅੰਸ ਉਹ ਐਡ ਕਰ ਲੈਂਦੇ ਆ, ਅਗਰ ਤਾਂ ਉਹਨਾਂ ਨੇ 2 ਸਾਲਾਂ ਦਾ ਐਕਸਪੀਰੀਅੰਸ ਐਡ ਕੀਤਾ, ਹਾਂਜੀ, ਫਿਰ ਉਹ ਤੁਹਾਨੂੰ ਕਹਿੰਦੇ ਕਿ ਠੀਕ ਹੈ ਤੁਸੀਂ G1 ਤੋਂ ਡਾਇਰੈਕਟ G ਦੇ ਸਕਦੇ ਹੋ, ਲੇਕਿਨ ਸਿਰਫ 1 ਅਟੈਂਪਟ ਹੈ। ਅਗਰ ਤਾਂ ਤੁਸੀਂ G ਬਣਵਾ ਲਿਆ, ਹਾਂਜੀ,
ਉਹ ਇੱਕ ਅਟੈਂਪਟ 'ਚ ਫਿਰ ਤਾਂ ਤੁਸੀਂ ਜੀ ਟੂ ਵੇਵ ਆਫ ਕਰ ਸਕਦੇ ਹੋ, ਹੈ ਨਾ। ਬਟ ਅਗਰ ਤੁਸੀਂ ਫੇਲ ਹੋ ਜਾਂਦੇ ਆ ਫਿਰ ਤੁਹਾਨੂੰ ਜੀ ਟੂ ਦੇਣਾ ਪੈਣਾ, ਫਿਰ ਜੀ ਦੇਣਾ ਪੈਣਾ, ਠੀਕ ਹੈ। ਉਹਦੇ 'ਚ ਵੇਟ ਕੋਈ ਨਹੀਂ ਹੈਗਾ, ਕਿਉਂਕਿ 2 ਸਾਲ ਦਾ ਐਕਸਪੀਰੀਅੰਸ ਪਿਆ ਹੋਇਆ। ਹੁਣ ਇਹ ਵਾਲੀ ਗੱਲ ਤਾਂ ਅਸੀਂ ਇਹ ਦੱਸਤੀ ਆ, ਬਟ ਇਹਦੇ 'ਚ ਇਹ ਕਨਫਿਊਜ਼ਨ ਬਹੁਤ ਹੈ। ਇੱਥੇ ਜਿਹੜਾ ਕੈਨੇਡਾ ਦੇ ਵਿੱਚ ਲਾਇਸੈਂਸ ਆਪਾਂ ਇੰਡੀਆ ਤੋਂ ਲੈ ਕੇ ਆਉਂਦੇ ਹਾਂ, ਜੇ 2 ਸਾਲ ਤੋਂ ਘੱਟ ਪੁਰਾਣਾ ਆ ਉਹਦੀ ਕੋਈ ਇੱਥੇ ਵੈਲਿਊ ਹੈਗੀ ਹੈ ਕਿ ਨਹੀਂ ਹੈਗੀ ਹੈ? ਹੈਗੀ ਹੈ, ਹੈਗੀ ਹੈ, ਓਕੇ। ਕਿਉਂਕਿ ਆਪਾਂ ਜੇ 2 ਸਾਲ ਤੋਂ ਘੱਟ ਵਾਲਾ ਵੀ ਹੈਗਾ, ਫੋਰ ਐਗਜ਼ਾਮਪਲ ਉਹਦਾ 1.5 ਈਅਰ ਦਾ ਐਕਸਪੀਰੀਅੰਸ ਹੈਗਾ ਬੈਕ ਹੋਮ ਇੰਡੀਆ 'ਚ, 1.5 ਸਾਲ ਹੋਇਆ ਉਹਨੂੰ ਬਣਾਏ ਨੂੰ, ਓਕੇ। ਅਗਰ ਉਹ ਆਪਣਾ ਓਰਿਜਿਨਲ ਲਾਇਸੈਂਸ, ਜਿਹੜਾ ਕਿ ਅੱਜ ਕੱਲ੍ਹ ਇੰਡੀਆ 'ਚ ਚਿੱਪ ਵਾਲਾ ਚੱਲ ਰਿਹਾ, ਹੈ ਨਾ, ਓਰਿਜਿਨਲ ਲਾਇਸੈਂਸ ਅਤੇ ਆਪਣੀ ਜੋ ਵੀ ਉੱਧਰ ਦੀ ਅਥਾਰਿਟੀ ਹੈਗੀ ਹੈ, ਜਿਹੜੀ ਲਾਇਸੈਂਸਿੰਗ ਇਸ਼ੂ ਅਥਾਰਿਟੀ ਹੈ, ਉੱਧਰੋਂ ਦੀ ਤੁਹਾਨੂੰ ਐਕਸਟ੍ਰੈਕਟ ਲੈਟਰ ਚਾਹੀਦਾ। ਤੁਹਾਨੂੰ ਐਕਸਪੀਰੀਅੰਸ ਲੈਟਰ ਵੀ ਕਹਿ ਦਿੰਦੇ ਕਈ ਲੋਕ, ਐਕਸਟ੍ਰੈਕਟ ਜਾਂ ਐਕਸਪੀਰੀਅੰਸ ਲੈਟਰ ਜੋ ਵੀ ਹੈ, ਤੁਹਾਨੂੰ ਆਪਣੇ ਓਰਿਜਿਨਲ ਲਾਇਸੈਂਸ ਦੇ ਨਾਲ ਉਹ ਓਰਿਜਿਨਲ ਹੀ ਚਾਹੀਦਾ, ਉਹਨਾਂ ਦਾ ਸਾਈਨ ਐਂਡ ਸਟੈਂਪ ਕੀਤਾ ਹੋਇਆ। ਅਤੇ ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਰੋਕਦਾ। ਇਹ ਜਿਹੜਾ ਐਬਸਟ੍ਰੈਕਟ ਦੀ ਗੱਲ ਕਰਦੇ ਆ ਜਾਂ ਐਕਸਪੀਰੀਅੰਸ ਲੈਟਰ ਦੀ ਗੱਲ ਕਰਦੇ, ਇਹ ਮਿਲਦਾ ਕਿੱਥੋਂ ਆ? ਇਹ ਬਹੁਤ ਕੁਐਸਚਨ ਹੁੰਦਾ ਹੈ ਪੰਜਾਬ ਦੇ ਵਿੱਚ, ਤੁਹਾਨੂੰ ਖਾਸ ਕਰਕੇ ਗੱਲ ਦੱਸਦਾ, ਮੈਨੂੰ ਹੋਰ ਕਿਸੇ ਦਾ ਪਤਾ ਨਹੀਂਗਾ, ਚਾਹੇ ਦਿੱਲੀ ਦਾ ਤੁਹਾਨੂੰ ਪਤਾ ਹੋ, ਭਾਅ ਜੀ ਦਿੱਲੀ ਤੋਂ ਉੱਦਾਂ ਬਿਲੋਂਗ ਕਰਦੇ, ਪੰਜਾਬ ਤੋਂ ਜਿਹੜਾ DTO ਦਫ਼ਤਰ ਹੁੰਦਾ ਆ ਤੁਸੀਂ ਉੱਥੇ ਜਾ ਸਕਦੇ ਆ। ਉੱਥੇ ਜਾ ਕੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਂ ਫੋਰਨ ਜਾਣਾ ਆ, ਮੈਨੂੰ ਐਕਸਪੀਰੀਅੰਸ ਸਰਟੀਫਿਕੇਟ ਜਾਂ ਐਬਸਟ੍ਰੈਕਟ ਚਾਹੀਦਾ ਆ, ਉਹ ਤੁਹਾਨੂੰ ਸਟੈਂਪ ਕਰਕੇ ਪ੍ਰੋਪਰ ਵੈਲਿਡ ਡੇਟ, ਜਿਹੜੀ ਨਵੀਂ ਡੇਟ ਦੇ ਵਿੱਚ ਤੁਸੀਂ ਜਿੱਦਾਂ ਮੰਨ ਕੇ ਚੱਲੋ 6 ਮਹੀਨੇ ਤੋਂ ਪੁਰਾਣਾ ਨਹੀਂ ਹੋਣਾ, 6 ਮਹੀਨੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ। ਜਿੱਦਾਂ ਤੁਸੀਂ ਕੈਨੇਡਾ ਆਉਣਾ ਆ, ਹੁਣ ਤੁਸੀਂ 2 ਹਫ਼ਤਿਆਂ ਬਾਅਦ ਆਉਣਾ, ਤੁਸੀਂ ਆਪਣਾ ਪਹਿਲਾਂ ਕਢਾ ਸਕਦੇ, 6 ਮੰਥ ਵੈਲਿਡ ਰਹਿੰਦਾ ਆ। ਅਤੇ ਦਿੱਲੀ ਦਾ ਭਾਅ ਜੀ ਕੀ ਹਿਸਾਬ ਹੈ? ਜੇ ਦਿੱਲੀ ਲਾਇਸੈਂਸਿੰਗ ਅਥਾਰਿਟੀਜ਼ ਹੈਗੀਆਂ ਡਿਫਰੈਂਟ, ਵੈਸਟ ਦਿੱਲੀ ਦੀ ਮੈਨੂੰ ਪਤਾ ਕਿ ਤਿਲਕ ਆਪਣਾ ਜਨਕਪੁਰੀ ਹੈਗੀ ਆ, ਤੇ ਬਾਕੀ ਹੋਰ ਵੀ ਜੇ ਉਹ ਕਰਨਗੇ ਲਾਇਸੈਂਸਿੰਗ ਅਥਾਰਿਟੀ ਆਫ ਇੰਡੀਆ ਕਰਕੇ ਉਹ ਦੇਖਣਗੇ। ਕਹਿੰਦਾ ਮਤਲਬ ਐਡੀ ਡਿਫੀਕਲਟ ਗੱਲ ਨਹੀਂ ਹੈਗੀ ਆ, ਪ੍ਰੋਪਰ ਨਵੀਂ ਡੇਟ 6 ਮਹੀਨੇ ਤੋਂ ਪੁਰਾਣਾ ਨਹੀਂ ਹੋ ਚਾਹੀਦਾ, ਉਹ ਵੈਲਿਡ ਹੁੰਦਾ ਹੈ। ਅਤੇ ਅੱਗੇ ਭਾਅ ਜੀ ਇਹ ਵਾਲਾ ਤਾਂ ਹੁਣ ਡਾਊਟ ਹੋ ਗਿਆ, ਠੀਕ ਹੈ ਜੀ, ਪਹਿਲੇ ਨੰਬਰ 'ਤੇ। ਅਤੇ ਹੁਣ ਨੈਕਸਟ ਆ ਗਿਆ ਕਿ ਜਿਹੜੇ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਯੂਰਪ ਦੇ ਵਿੱਚ ਰਹਿੰਦੇ ਆ, ਇੰਗਲੈਂਡ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਲਾਇਸੈਂਸ ਇੱਥੇ ਜੀ ਦੇ ਵਿੱਚ ਕਨਵਰਟ ਹੋ ਜੂਗਾ ਸਿੱਧਾ, ਕਿ ਉਹਨਾਂ ਨੂੰ G1 ਦੇਣਾ ਪੈਣਾ, G2 ਦੇਣਾ ਪੈਣਾ, ਫਿਰ G1 ਹੈ ਉਹਨਾਂ ਦਾ? G1 ਤਾਂ ਸਾਰਿਆਂ ਲਈ ਮੈਂਡੇਟਰੀ ਹੈਗਾ, ਜਿੱਥੇ ਤੱਕ ਰਿਟਨ ਟੈਸਟ ਤਾਂ ਸਾਰਿਆਂ ਲਈ ਮੈਂਡੇਟਰੀ ਆ। ਬਾਕੀ ਰਹਿ ਗਿਆ ਕਨਵਰਜ਼ਨ ਦੀ ਗੱਲ, ਉਹ ਡਿਪੈਂਡ ਕਰਦਾ ਕਿ ਉਹ ਜਿਵੇਂ ਆਸਟ੍ਰੇਲੀਆ ਦਾ ਅਗਰ ਮੈਂ ਦੇਖਿਆ ਜਾਏ, ਆਸਟ੍ਰੇਲੀਆ ਅਗਰ ਉਹਨੇ ਕਾਫੀ ਡਰਾਈਵ ਕੀਤੀ ਆਸਟ੍ਰੇਲੀਆ, ਤੇ ਫਿਰ ਉਹ ਡਾਇਰੈਕਟ ਹੀ ਚੇਂਜ ਕਰ ਦਿੰਦੇ ਆ, ਇੱਧਰ ਰਿਟਰਨ ਦਿਓ ਤੇ ਆਪਣਾ ਲਾਇਸੈਂਸ ਤੇ ਐਕਸਟ੍ਰੈਕਟ ਦਿਓ, ਤੇ ਉਹ ਡਾਇਰੈਕਟ ਹੀ ਉਹਨੂੰ ਜੀ ਇਸ਼ੂ ਕਰ ਦਿੰਦੇ ਆ, ਬਿਕੋਜ਼ ਸਿਮਿਲਰ ਰੂਲਸ ਉੱਥੇ ਵੀ ਤੇ ਇੱਥੇ ਵੀ, ਤਾਂ ਆਹ ਚੀਜ਼ ਹੋ ਜਾਂਦੀ ਆ। ਬਟ ਡਿਪੈਂਡ ਕਰਦਾ ਕਿ ਜਿਹੜੀ ਵੀ ਕੰਟਰੀ ਤੋਂ ਇੱਥੇ ਮੂਵ ਹੋ ਰਿਹਾ ਉਹਦੇ ਕੋਲ ਇੱਕ ਤਾਂ ਵੈਲਿਡ ਹੈਗਾ ਤੇ ਕਿੰਨਾ ਪੁਰਾਣਾ, ਸਾਰਾ ਉੱਤੇ ਡਿਪੈਂਡ ਕਰਦਾ। ਇਹ ਨਹੀਂ ਹੋ ਸਕਦਾ ਕਿ ਤੁਸੀਂ ਉੱਥੇ ਮਹੀਨੇ ਦਾ ਲਾਇਸੈਂਸ ਬਣਾਇਆ, ਮਹੀਨਾ ਪੁਰਾਣਾ ਤੁਹਾਡਾ ਲਾਇਸੈਂਸ ਹੈ, 1 ਮੰਥ 2 ਮੰਥ ਓਲਡ ਹੈ, ਤੁਸੀਂ ਇੱਥੇ ਆ ਕੇ ਐਕਸਪੈਕਟ ਕਰੋ ਕਿ ਉਹ ਡਾਇਰੈਕਟ ਹੀ ਚੇਂਜ ਕਰ ਦੇਣ, ਉਹ ਨਹੀਂ ਹੋ ਸਕਦਾ। ਅਤੇ ਇੱਥੇ ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੋਰ ਦੇ ਦੇਵਾਂ ਕਿ ਮੈਂ ਖੁਦ ਆਪ ਨਿਊਜ਼ੀਲੈਂਡ ਤੋਂ ਆਇਆ, ਮੈਂ ਉੱਥੇ ਟਰੱਕ ਦਾ ਮੇਰੇ ਕੋਲ ਲਾਇਸੈਂਸ ਸੀ, ਮੈਂ ਟਰੱਕ ਹੀ ਚਲਾਉਂਦਾ ਸੀ। ਇੱਥੇ ਬ੍ਰੈਂਪਟਨ ਦੇ ਵਿੱਚ ਆ ਕੇ ਜਾਂ ਤੁਸੀਂ ਹੋਰ ਕਿਸੇ ਸਟੇਟ ਦੇ ਵਿੱਚ, ਕਹਿਣ ਦਾ ਮਤਲਬ ਸਟੇਟ ਜਿੱਦਾਂ ਪ੍ਰੋਵਿੰਸ ਕਹਿ ਦਿੰਦੇ ਆ ਇੱਥੇ, ਜਿੱਦਾਂ ਹੁਣ ਅਸੀਂ ਅੰਟੈਰੀਓ ਦੇ ਵਿੱਚ ਰਹਿੰਦੇ ਹਾਂ, ਵੈਨਕੂਵਰ ਹੈ, ਨੋਵਾ ਸਕੋਸ਼ੀਆ ਜਾਂ ਕਿਤੇ ਵੀ ਆ, ਮੈਂ ਖੁਦ ਆਪ ਆ ਕੇ ਨਿਊਜ਼ੀਲੈਂਡ ਦਾ, ਮੇਰੇ ਕੋਲ ਟਰੱਕ ਦਾ ਲਾਇਸੈਂਸ ਮੇਰਾ ਇਹਨਾਂ ਨੇ ਚੇਂਜ ਨਹੀਂ ਕੀਤਾ ਸੀ। ਚੇਂਜ ਇਸ ਕਰਕੇ ਨਹੀਂ ਕੀਤਾ, ਮੈਂ ਤੁਹਾਨੂੰ ਤਾਂ ਕਲੈਰੀਫਾਈ ਕਰਦਾ ਹਾਂ, ਜਦੋਂ ਆਪਾਂ ਇੱਥੇ ਬ੍ਰੈਂਪਟਨ ਦੇ ਵਿੱਚ GTA ਕਹਿ ਦਿੰਦੇ ਹਾਂ, GTA ਏਰੀਆ, ਇਹਦੇ ਵਿੱਚ ਬਹੁਤ ਸਾਰੇ ਡਰਾਈਵ ਟੈਸਟ ਹੈਗੇ ਆ। ਮੈਂ ਐਕਚੁਅਲ ਦੇ ਵਿੱਚ ਮੈਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਸੀ, ਜਿੱਦਾਂ ਹੁਣ ਮੈਂ ਤੁਹਾਨੂੰ ਇਹ ਵੀਡੀਓ ਇਸੇ ਕਰਕੇ ਬਣਾਉਣਾ ਪਿਆ, ਮੈਨੂੰ ਕਿਸੇ ਨੇ ਗਾਈਡ ਨਹੀਂ ਕੀਤਾ, ਮੈਂ ਇੱਕ 'ਚ ਗਿਆ। ਉਹ ਕਹਿੰਦੇ ਜੀ, ਕਈ ਬੰਦੇ ਇੱਦਾਂ ਕਹਿ ਦਿੰਦੇ ਤੁਹਾਨੂੰ ਕਿ ਤੁਹਾਡਾ ਪੈਣਾ ਨਹੀਂ ਐਕਸਪੀਰੀਅੰਸ, ਬਟ ਮੇਰੇ ਨਾਲ ਮੇਰਾ ਫਰੈਂਡ ਵੀ ਆਇਆ ਸੀ, ਸੇਮ ਲਾਇਸੈਂਸ ਸੀ, ਅਸੀਂ ਦੋਵੇਂ ਨਿਊਜ਼ੀਲੈਂਡ 'ਚ ਟਰੱਕ ਚਲਾਉਂਦੇ, ਉਹਨੂੰ ਜੀ ਦੇ ਦਿੱਤਾ, ਮੈਨੂੰ ਨਹੀਂ ਜੀ ਦਿੱਤਾ, ਮੈਂ G1 ਬਣਾਇਆ ਪਹਿਲਾਂ, G1 ਤਾਂ ਚਲੋ ਦੇਣਾ ਪੈਂਦਾ ਰਿਟਰਨ ਟੈਸਟ, ਫਿਰ G2, ਫਿਰ G ਬਣਾਇਆ ਸੀ। ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਤੁਸੀਂ ਆ ਕੇ ਇੱਥੇ ਆਪਣਾ ਚੇਂਜ ਕਰਾ ਸਕਦੇ ਆ, ਆਪਣਾ ਡਾਇਰੈਕਟ ਤੁਸੀਂ ਚੇਂਜ ਕਰਾ ਸਕਦੇ ਆ, ਬਟ ਤੁਹਾਡੇ ਕੋਲ ਉੱਥੇ ਦਾ ਐਬਸਟ੍ਰੈਕਟ ਲੈ ਕੇ ਆਊਗੇ ਤੁਸੀਂ, ਜ਼ਿਆਦਾ ਵਧੀਆ ਗੱਲ ਹੈ। ਕਿਉਂਕਿ ਜਦੋਂ ਤੁਸੀਂ ਇੱਥੇ ਆ ਗਏ ਆ, ਇਹਨਾਂ ਨੇ ਤੁਹਾਡੇ ਕੋਲੋਂ ਪਹਿਲਾਂ ਇਹਨਾਂ ਨੇ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਉੱਥੇ ਮੇਲ ਕਰਾਓ, ਸੀਲ ਬੰਦ ਜਿਹੜਾ ਤੁਹਾਡਾ ਇਨਵੈਲਪ ਹੋਣਾ ਚਾਹੀਦਾ, ਤੁਸੀਂ ਖੋਲ੍ਹਿਆ ਨਹੀਂ ਹੋਣਾ ਚਾਹੀਦਾ ਆ, ਤਾਂ ਅਸੀਂ ਐਕਸੈਪਟ ਕਰਾਂਗੇ। ਜੇ ਇੰਡੀਆ ਤੋਂ ਤੁਸੀਂ ਲੈ ਕੇ ਆਉਣਾ, ਉਹਦਾ ਕੋਈ ਐਡਾ ਮੈਟਰ ਨਹੀਂ ਹੁੰਦਾ ਕਿ ਇਨਵੈਲਪ ਬੰਦ ਹੋਵੇ
ਜਾਂ ਖੁੱਲ੍ਹਾ ਹੋਵੇ, ਜਾਂ ਇਹ ਆਪਣੀ ਈਮੇਲ ਦੇ ਦਿੰਦੇ ਆ ਸਾਨੂੰ ਕਿ ਜਾਂ ਸਾਨੂੰ ਈਮੇਲ 'ਤੇ ਡਾਇਰੈਕਟ ਟ੍ਰਾਂਸਫਰ ਕਰੋ ਜਾਂ ਸਾਨੂੰ ਇਨਵੈਲਪ ਬੰਦ ਲਿਆ ਕੇ ਦਿਓ ਜਿਹੜਾ ਉਹਦੇ ਵਿੱਚ ਪੇਪਰ ਹੋਊਗਾ ਸਰਟੀਫਿਕੇਟ। ਅਤੇ ਅੱਗੇ ਭਾਅ ਜੀ ਗੱਲ ਆ ਜਾਂਦੀ ਆ ਹੁਣ ਕਿ ਜਿਹੜੇ ਇਹ ਤਾਂ ਹੋ ਗਏ ਆਪਣੇ ਬਾਹਰਲੇ ਬੰਦਿਆਂ ਦੀ ਗੱਲ, ਹੈ ਨਾ, ਜਿਹੜੇ ਆਪਣੇ ਬਾਹਰੋਂ ਭੈਣ ਭਰਾ ਨਿਆਣਾ ਆ ਉਹਨਾਂ ਦਾ ਲਾਇਸੈਂਸ ਤਾਂ ਜੀ 'ਚ ਸਿੱਧਾ ਕਨਵਰਟ ਹੋ ਗਿਆ ਮੰਨ ਲਓ, ਹੈ ਨਾ, ਉਹਨਾਂ ਦਾ ਹੋ ਗਿਆ। ਹੁਣ ਗੱਲ ਰਹਿ ਗਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਆ, ਇੰਟਰਨੈਸ਼ਨਲ ਸਟੂਡੈਂਟ ਦਾ ਹੁਣ ਇਹ ਦੱਸ ਦਿੱਤਾ ਕਿ 2 ਸਾਲ ਪੁਰਾਣਾ ਲਾਇਸੈਂਸ ਹੈ, ਐਬਸਟ੍ਰੈਕਟ ਉੱਥੋਂ ਲੈ ਕੇ ਆਓ ਇੰਡੀਆ ਤੋਂ ਨਾਲ ਆਪਣੇ, ਠੀਕ ਹੈ ਜੀ, DTO ਦਫ਼ਤਰ ਤੋਂ 6 ਮਹੀਨੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਅਤੇ ਹੁਣ ਉਹਨਾਂ ਦਾ ਇਹ ਕੁਐਸਚਨ ਆ ਜਾਂਦਾ ਕਿ ਅਸੀਂ ਨਾਲ ਦੀ ਨਾਲੇ ਆਪਣਾ ਪ੍ਰੋਸੈਸ ਸਟਾਰਟ ਕਰ ਸਕਦੇ ਹਾਂ ਇੱਥੇ ਕੈਨੇਡਾ ਆ ਕੇ? ਬਿਲਕੁਲ ਕਰ ਸਕਦੇ ਹਾਂ। ਪਹਿਲਾਂ ਜਾ ਕੇ ਆਪਣਾ ਜਿੱਦਣ ਜੀਵਨ ਦੇ ਹੀ ਜਾਣਾ ਆਪਣਾ, ਪਹਿਲਾਂ ਤਾਂ ਨੀਅਰ ਬਾਏ ਆਪਣਾ ਡਰਾਈਟਾ ਸੈਂਟਰ ਲੱਭੋ ਆਪਣੇ, ਜਿਵੇਂ ਅਗਰ ਮੈਂ GTA ਦੀ ਗੱਲ ਕਰਾਂ ਆਪਣੇ ਕਾਫੀ ਹੈਗੇ, ਈਟੋਬੀਕੋ ਹੈ, ਮਿਸਿਸਾਗਾ, ਬ੍ਰੈਂਪਟਨ। ਆਪਾਂ ਉਹਨੂੰ ਸਰਚ ਕਿੱਦਾਂ ਕਰਨਾ ਹੈ? ਡਰਾਈਵ ਟੈਸਟ ਗੂਗਲ ਦੇ ਵਿੱਚ ਪਾ ਕੇ ਤੁਸੀਂ ਗੂਗਲ 'ਚ ਜਾ ਕੇ ਤੁਸੀਂ ਸਿੰਪਲ ਲਿਖ ਦਿਓ ਡਰਾਈਵ ਟੈਸਟ ਸੈਂਟਰ, ਹਾਂਜੀ, ਉਹ ਜਿਹੜੀ ਜਿੰਨੀ ਲੋਕੇਸ਼ਨ ਓਨਟੈਰੀਓ ਦੀ ਆ ਸਾਰੀਆਂ ਦਿਖਾ ਦੇਗਾ। ਇੱਥੇ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਆ, ਖਾਸ ਕਰ ਟੋਰਾਂਟੋ ਓਨਟੈਰੀਓ ਦੇ ਵਿੱਚ, ਇੱਥੇ ਡਰਾਈਵ ਟੈਸਟ ਕਹਿੰਦੇ ਆ, ਤੁਸੀਂ ਕਿਸੇ ਵੀ ਡਰਾਈਵ ਟੈਸਟ ਜਾ ਕੇ G1 ਦੇ ਸਕਦੇ ਹੋ। ਪਹਿਲਾ ਸਟੈਪ G1 ਹੈ ਨਾ, ਪਹਿਲਾ ਸਟੈਪ G1 ਹੈ। G1 ਦੇ ਟਾਈਮ ਤੇ ਹੀ ਜੇ ਤੁਸੀਂ ਆਪਣਾ ਐਕਸਪੀਰੀਅੰਸ ਪਵਾ ਲਿਆ, ਹਾਂਜੀ, ਐਕਸਪੀਰੀਅੰਸ ਬੇਸਿਕਲੀ ਤੁਹਾਡੇ ਕੋਲ ਜਿਹੜਾ ਬੈਕ ਹੋਮ ਦਾ ਹੈਗਾ, ਤੁਸੀਂ ਐਕਸਟ੍ਰੈਕਟ ਉਹਨਾਂ ਨੂੰ ਦਿਖਾਇਆ, ਉਹਨਾਂ ਨੂੰ ਆਪਣਾ ਵੈਲਿਡ ਲਾਇਸੈਂਸ ਦਿਖਾਇਆ ਬੈਕ ਹੋਮ ਦਾ, ਕਿਉਂਕਿ G1 ਜਦੋਂ ਆਪਾਂ ਫੋਰਮ ਭਰਦੇ ਉਹਨਾਂ ਨੇ ਪੁੱਛਣਾ ਤੁਹਾਡੇ ਕੋਲੋਂ ਕਿ ਤੁਹਾਡੇ ਕੋਈ ਹੋਰ ਕੰਟਰੀ ਦਾ ਲਾਇਸੈਂਸ ਹੈਗਾ, ਤੁਸੀਂ ਉੱਥੇ ਯੈਸ ਕਰੋਗੇ ਤਾਂ ਫਿਰ ਉਹਨੇ ਡਿਟੇਲ ਮੰਗਣੀ ਹੈ ਕਿ ਕਿੰਨਾ ਪੁਰਾਣਾ ਲਾਇਸੈਂਸ ਨੰਬਰ, ਕੀ ਐਕਸਟ੍ਰੈਕਟ ਹੈਗਾ ਤੁਹਾਡੇ ਕੋਲ, ਐਵਰੀਥਿੰਗ। ਕਹਿਣ ਦਾ ਮਤਲਬ ਜੇ ਅਸੀਂ ਫਸਟ ਟਾਈਮ ਆਪਣਾ ਐਕਸਪੀਰੀਅੰਸ ਪਾ ਲਿਆ ਤਾਂ ਪੈ ਜਾਣਾ, ਜੇ ਤੁਸੀਂ ਇੱਕ ਵਾਰ G1 ਬਣਾ ਲਿਆ ਫਿਰ ਤੁਸੀਂ ਦੁਬਾਰਾ ਆਪਣਾ ਐਬਸਟ੍ਰੈਕਟ ਵਗੈਰਾ ਲੈ ਕੇ ਜਾਓਗੇ ਫਿਰ ਉਹ ਪਾ ਦੂਗੇ ਐਕਸਪੀਰੀਅੰਸ, ਪਾ ਦਿੰਦੇ ਆ। ਕਈ ਵਾਰ ਇਹ ਵੀ ਕਨਫਿਊਜ਼ਨ ਹੁੰਦੀ ਆ, ਕਈ ਵਾਰ ਕਿਸੇ ਨੂੰ ਕੋਈ ਦੱਸਦਾ ਨਹੀਂ ਗਾ, ਅਗਲਾ ਜਾਂਦਾ ਜਾਂ ਸਿੱਧਾ ਵੀ ਮੈਂ ਸਿੱਧਾ G1 ਬਣ ਗਿਆ ਮੇਰਾ, ਬਰੇ ਉਹਨੂੰ ਇਹ ਕਨਫਿਊਜ਼ਨ ਹੋ ਜਾਂਦੀ ਆ ਕਿ ਮੈਂ, ਮੇਰੇ ਕੋਲ ਤਾਂ 2 ਸਾਲ ਪੁਰਾਣਾ ਇੰਡੀਆ ਦਾ ਲਾਇਸੈਂਸ ਹੈਗਾ, ਮੈਨੂੰ ਇੱਥੇ ਵੇਟ ਕਰਨੇ ਪੈਣੀ ਆ ਹੁਣ ਜੀ ਲਈ, ਤੇ ਫਿਰ ਉਹ ਪਾ ਦਿੰਦੇ ਆ। ਕਹਿਣ ਦਾ ਮਤਲਬ ਪਾ ਦਿੰਦੇ ਆ, ਬਟ ਉੱਥੇ ਮੈਂਸ਼ਨ ਕਰਕੇ ਜ਼ਰੂਰ ਆਣਾ ਕਿ ਮੇਰੇ ਕੋ ਹੈਗਾ, ਬਟ ਮੈਂ ਹੁਣੇ ਕੈਰੀ ਨਹੀਂ ਕਰ ਰਿਹਾ। ਹਾਂ, ਹੁਣ ਕੈਰੀ ਨਹੀਂ ਕਰ ਰਿਹਾ, ਨਹੀਂ ਕੈਰੀ ਕਰ ਰਿਹਾ, ਦੁਬਾਰਾ ਜਾਓਗੇ ਤੇ ਉਹ ਪਾ ਦੇਣਗੇ। ਹਾਂ, ਮੇਕ ਸ਼ੋਰ ਜਦੋਂ ਤੁਸੀਂ G1 ਦੇਣ ਜਾਣਾ ਆ ਟੈਸਟ ਡਰਾਈਵ ਦੇ ਵਿੱਚ, ਉੱਥੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ, ਉੱਥੇ ਟਿਕ ਜ਼ਰੂਰ ਕਰਿਓ ਕਿ ਤੁਹਾਡੇ ਕੋਲ ਕੋਈ ਲਾਇਸੈਂਸ ਹੈਗਾ, ਬੈਕ ਹੋਮ ਕੰਟਰੀ ਦਾ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ, ਅਤੇ ਜੇ ਤੁਹਾਡੇ ਕੋਲ ਹੈਗਾ ਆ ਤਾਂ ਤੁਸੀਂ ਆਪਣਾ ਐਬਸਟ੍ਰੈਕਟ ਮੰਗਾ ਕੇ ਭਾਵਾਂ ਤੁਸੀਂ ਜਦ ਮਰਜ਼ੀ ਪਾ ਸਕਦੇ ਹਾਂ। ਅਤੇ ਅੱਗੇ ਭਾਅ ਜੀ ਗੱਲ ਆ ਜਾਂਦੀ ਹੈ G1 ਬਣ ਗਿਆ, ਫਿਰ ਉਹਦੇ ਬਾਅਦ 'ਚੋਂ G2 ਦਾ ਪ੍ਰੋਸੈਸ ਸਟਾਰਟ ਹੋ ਜਾਂਦਾ ਆ, ਫਿਰ G2 ਉਹਦੇ ਬਾਰੇ ਮਾੜਾ ਜਿਹਾ ਦੱਸੋ ਵੀ G2 ਕਿੱਦਾਂ ਸਟਾਰਟ ਹੁੰਦਾ ਆ? ਓਕੇ, G2 ਬੇਸਿਕਲੀ ਹੈਗਾ ਰੋਡ ਟੈਸਟ ਹੀ ਹੈ, G2  'ਚ ਉਹ ਕੰਡਕਟ ਕਰਦੇ ਆ, ਬਟ ਉਹ ਰੈਜ਼ੀਡੈਂਸ਼ੀਅਲ ਏਰੀਆ ਲਈ ਬੇਸਿਕਲੀ ਹੁੰਦਾ ਕਿ ਤੁਸੀਂ ਗਲੀਆਂ 'ਚ ਜਾਂ ਤੁਸੀਂ ਕੰਮ 'ਤੇ ਜਾਣਾ, ਤੁਸੀਂ ਹਾਈਵੇ ਨਹੀਂ ਟੱਚ ਕਰ ਰਹੇ ਕਿਸੇ ਵੀ ਤਰੀਕੇ ਦਾ, ਹੈ ਨਾ, ਨੋਰਮਲ ਰੋਡਸ ਵਗੈਰਾ ਉਹ ਸਟਰੀਟਸ ਤੁਸੀਂ ਉੱਤੇ ਚਲਾ ਸਕਦੇ ਹੋ। ਕਹਿੰਦਾ ਮਤਲਬ ਜਿਹੜਾ G2 ਵਾਲਾ ਪਰਸਨ ਹੁੰਦਾ ਆ ਉਹ ਹਾਈਵੇ 'ਤੇ ਗੱਡੀ ਨਹੀਂ ਚਲਾ ਸਕਦਾ? ਹਾਈਵੇ 'ਤੇ ਨਹੀਂ, ਹਾਈਵੇ ਓਮਿਟਿਡ ਆ। ਜੇ ਉਹਦੇ ਨਾਲ 5 ਸਾਲ ਦਾ ਐਕਸਪੀਰੀਅੰਸ ਹੋਵੇ ਲਾਇਸੈਂਸ ਵਾਲਾ, ਉਹਦੇ ਨਾਲ ਬੰਦਾ ਬੈਠਾ, ਫਿਰ ਉਹ ਹਾਈਵੇ 'ਤੇ ਜਾ ਸਕਦਾ? ਨਹੀਂ, ਨਹੀਂ ਜਾ ਸਕਦਾ। G2 ਵਾਲਾ ਕਹਿਣ ਦਾ ਮਤਲਬ ਹਾਈਵੇ 'ਤੇ ਨਹੀਂ ਜਾ ਸਕਦਾ, ਉਹ ਸਿਰਫ ਜਸਟ 80 ਦੇ ਜ਼ੋਨ ਤੱਕ ਚਲਾ ਸਕਦਾ ਗੱਡੀ, 100 ਦੇ ਜ਼ੋਨ 'ਤੇ ਨਹੀਂ ਜਾ ਸਕਦਾ। ਅਤੇ ਇੱਕ ਗੱਲ ਹੋਰ ਹੈ ਭਾਅ ਜੀ, ਜਿੱਦਾਂ ਹੁਣ ਸਾਡੇ ਕੋਲ ਇੰਡੀਆ ਦੇ ਵਿੱਚ ਅਸੀਂ ਲਾਇਸੈਂਸ ਤਾਂ ਲਿਆ ਹੈ, ਜਿਹੜੇ ਬੰਦੇ ਕੋਲ ਇੰਡੀਆ ਦੇ ਵਿੱਚ ਲਾਇਸੈਂਸ ਹੈ ਨਹੀਂ ਗਾ, ਉਹ ਇੱਦਾਂ ਹੀ ਆ ਕੇ ਫਸਟ ਟਾਈਮ ਲਾਇਸੈਂਸ ਬਣਾ ਰਿਹਾ, ਉਹਦੀ ਏਜ ਹੈਗੀ ਆ 16, ਜਿੱਦਾਂ 12th ਕਰਕੇ ਆ ਜਾਂਦਾ, ਲਾਇਸੈਂਸ ਲਈ ਐਲੀਜੀਬਲ ਹੁੰਦਾ? ਐਲੀਜੀਬਲ ਆ, ਕਿਉਂਕਿ ਆਪਣੇ ਓਨਟੈਰੀਓ 'ਚ ਜਿਹੜੀ ਲੀਗਲ ਏਜ ਹੈ ਫੋਰ ਡਰਾਈਵਿੰਗ ਟੂ ਗੈਟ ਲਾਇਸੈਂਸ G1, ਉਹ ਪਹਿਲੇ 16 ਹੀ ਹੈ। ਹੁਣ ਇਹਦੇ 'ਚ ਆ ਸਮਝਣ ਵਾਲੀ ਗੱਲ ਹੈ ਕਿ ਉਹ ਡਾਇਰੈਕਟ ਫਿਰ G2 ਜਾਂ G ਨਹੀਂ ਦੇ ਸਕਦਾ, ਉਹਨੂੰ ਉਹਦੇ ਲਈ ਵੇਟ ਕਰਨੀ ਪੈਣੀ ਹੈ। ਅਗਰ ਮੈਂ ਓਨਟੈਰੀਓ ਦੇ ਰੂਲਸ ਦੇ ਅਕੋਰਡਿੰਗ ਚੱਲਾਂ ਤਾਂ ਫਿਰ G1 ਤੋਂ G2 ਲਈ 1 ਈਅਰ ਗੈਪ ਹੈ, ਅਤੇ G2 ਤੋਂ G ਲਈ ਫਿਰ ਅਗੇਨ 1 ਈਅਰ ਦਾ ਗੈਪ ਹੈ। ਇਹ ਚੀਜ਼ ਹੁਣ ਮੈਟਰ ਕਰਦੀ ਹੈ, ਦੇਖੋ ਜੇ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੈਗਾ ਅਤੇ ਤੁਹਾਡਾ 1 ਸਾਲ ਅਤੇ 2 ਸਾਲ, 2 ਸਾਲ ਤੁਹਾਡੇ ਬਚ ਗਏ। ਜੇ ਤੁਹਾਡੇ ਕੋਲ ਇੰਡੀਆ ਦਾ ਲਾਇਸੈਂਸ ਨਹੀਂ ਹੈਗਾ ਆ, 2 ਸਾਲ ਪੁਰਾਣਾ ਮੰਨ ਕੇ ਚੱਲੋ ਜਾਂ 1.5 ਈਅਰ ਪੁਰਾਣਾ ਜਾਂ ਕਿੱਦਾਂ ਕੁਛ ਵੀ ਆ, ਅਤੇ ਤੁਹਾਡਾ ਟਾਈਮ ਸੇਵ ਹੁੰਦਾ ਆ। ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਤੁਹਾਡਾ ਓਬਵੀਅਸਲੀ ਗੱਲ ਹੈ, ਤੁਸੀਂ ਇੱਥੇ ਪਹਿਲਾਂ ਆ ਕੇ G ਬਣਾਓਗੇ, ਫਿਰ ਤੁਹਾਨੂੰ ਵੇਟ ਕਰਨੇ ਪੈਣੀ ਆ G1 ਬਣਾਓਗੇ ਤੁਸੀਂ ਆ ਕੇ, ਫਿਰ ਤੁਹਾਨੂੰ G2 ਲਈ ਵੇਟ ਕਰਨੇ ਪੈਣੀ ਆ, ਫਿਰ ਤੁਹਾਨੂੰ G ਲਈ ਵੇਟ ਕਰਨੇ ਪੈਣੀ ਆ। ਇੱਥੇ ਤਾਂ ਆ ਕੇ ਹੁਣ ਭਾਅ ਜੀ ਦੇਖੋ G2 ਬਣ ਗਿਆ, ਠੀਕ ਹੈ ਜੀ,
जी टू जड़िया रिक्वायरमेंट्स है मेन चीज तो यही है कि सानू इंडिया तो आई पेपर चाहिए जिन्हें को लाइसेंस है इंडिया हाँ जी ਤੇ ਹੋਰ ਹੋਰ ਕਿਹੜੇ ਹੋਰ ਕੋਈ ਡਾਕੂਮੈਂਟਸ ਲੈ ਕੇ ਆਉਣ ਦੀ ਲੋੜ ਹੈ ਸਾਨੂੰ ਹੋਰ ਕੋਈ ਡਾਕੂਮੈਂਟ ਨਹੀਂ ਜਦੋਂ ਆਪਣਾ ਟੈਸਟ ਦੇਣ ਜਾਣਾ ਜੀਵਨ ਹਾਂਜੀ ਉਦੋਂ ਤੁਹਾਡੇ ਕੋਲ ਆਪਣਾ ਪਾਸਪੋਰਟ ਹੋਣਾ ਚਾਹੀਦਾ ਠੀਕ ਹੈ ਦੂਸਰਾ ਤੁਹਾਡੇ ਕੋਲ ਤੁਹਾਡਾ ਜਿਹੜਾ ਬੈਕ ਹੋਮ ਦਾ ਐਕਸਪੀਰੀਅੰਸ ਹੈਗਾ ਉਹ ਲਾਇਸੈਂਸ ਤੇ ਆਪਣਾ ਐਕਸਟ੍ਰੈਕਟ ਲੈਟਰ ਦੈਟਸ ਇਟ ਦੋ ਚੀਜ਼ਾਂ ਹੋਣੀ ਚਾਹੀਦੀਆਂ ਐਬਸਟ੍ਰੈਕਟ ਨਾਲ ਹੋਣਾ ਚਾਹੀਦਾ ਤੇ ਚਿਪ ਵਾਲਾ ਲਾਇਸੈਂਸ ਤੇ ਇੱਥੇ ਤੁਹਾਨੂੰ ਇੱਕ ਹੋਰ ਕਲੈਰੀਫਾਈ ਚੀਜ਼ ਕਰ ਦਵਾਂ ਜੇ ਕੋਈ ਕਹਿੰਦਾ ਆ ਕਿ ਮੈਂ ਇੰਡੀਆ ਤੋਂ 2 ਨੰਬਰ ਦਾ ਲਾਇਸੈਂਸ ਬਣਾ ਕੇ ਲਿਆ ਵਾਂ ਕਿ ਮੈਂ ਚਲਾ ਲਊਂਗਾ ਇਹ ਨਾ ਤੁਸੀਂ ਸੋਚਿਓ ਕਿਉਂਕਿ ਇਹਨਾਂ ਕੋਲ ਅਥਾਰਟੀ ਹੁੰਦੀ ਆ ਉਹ ਜਿਹੜਾ ਚਿਪ ਵਾਲਾ ਲਾਇਸੈਂਸ ਇਹਨਾਂ ਕੋਲ ਅਥਾਰਟੀ ਹੈਗੀ ਹੈ ਕਿ ਉਹ ਚੈੱਕ ਕਰ ਸਕਦੇ ਆ ਕਿ ਓਰੀਜਨਲ ਹੈ ਜਾਂ ਪੁਰਾਣਾ ਉਹ ਕਰਦੇ ਤਾਂ ਹੈ ਬਟ ਕਹਿੰਦਾ ਮਤਲਬ ਰਿਸਕ ਲੈਣ ਦੀ ਸਾਨੂੰ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ ਇੱਦਾਂ ਦੀ ਕੰਟਰੀ ਦੇ ਵਿੱਚ ਆ ਰਹੇ ਹਾਂ ਕਿ ਇੱਥੇ ਸਾਡਾ ਰੈਕਰਡ ਜੇ ਇੱਕ ਵਾਰ ਫਰੋਡ ਦੇ ਵਿੱਚ ਆ ਗਿਆ ਤਾਂ ਉਹ ਤੁਹਾਡਾ ਰੈਕਰਡ ਇੱਕ ਵਾਰ ਚੜਿਆ ਰਹਿ ਜਾਣਾ ਆ ਤੇ ਮੈਂ ਤਾਂ ਤੁਹਾਨੂੰ ਇਹੀ ਕਰੂੰਗਾ ਕਿ ਤੁਸੀਂ 2 ਨੰਬਰ ਵਾਲਾ ਕੰਮ ਨਾ ਹੀ ਕਰੇ ਆਪਾਂ ਉਹੀ ਚੀਜ਼ਾਂ ਛੱਡ ਕੇ ਉੱਥੇ ਆਉਣਾ ਹਨਾ ਤੇ ਇੱਥੇ ਆ ਕੇ ਵੀ ਜੇ ਅਗਰ ਆਪਾਂ ਫਿਰ ਉਹੀ ਕੰਮ ਕਰੇ ਤੇ ਫਿਰ ਉਹ ਸਹੀ ਇਹਦੇ ਨਾਲੋਂ ਬੈਟਰ ਹੈ ਕਿ ਜਿਹੜੇ ਬੰਦੇ ਹੁਣ ਮੇਰੀ ਵੀਡੀਓ ਦੇਖਦੇ ਆ ਹਜੇ ਉਹਨਾਂ ਦਾ ਪਲਾਨ ਹੈਗਾ ਕਿ 2 ਸਾਲ ਬਾਅਦ ਜਾਂ ਸਾਲ ਬਾਅਦ ਆਪਾਂ ਨੇ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਕਿਸੇ ਵੀ ਕੰਟਰੀ ਜਾਣਾ ਤੁਸੀਂ ਹੁਣੇ ਆਪਣਾ ਲਾਇਸੈਂਸ ਬਣਾ ਕੇ ਰੱਖ ਲਓ ਡਰਾਈਵਿੰਗ ਕਰੋ ਜਾਂ ਨਹੀਂ ਕਰੋ ਤੁਹਾਡਾ ਪੁਰਾਣੀ ਡੇਟ ਦਾ ਲਾਇਸੈਂਸ ਚਾਹੀਦਾ ਪੁਰਾਣੀ ਡੇਟ ਦਾ ਤੇ ਇਹਦੇ ਕੀ ਪਰ ਆਵਰਲੀ ਚਾਰਜਸ ਜਿੱਦਾਂ ਤੁਸੀਂ ਲੈਂਦੇ ਆ ਦੇਖੋ ਜਿਹੜੇ ਪੈਸੇ ਆ ਉਹ ਹਮੇਸ਼ਾ ਸਕੂਲ ਡਿਸਾਈਡ ਕਰਦਾ ਨੋਰਮਲ ਰੇਟ ਉਹ ਰੇਂਜ ਕਰਦਾ 35-40 ਹਨਾ ਡਾਲਰ ਪਰ ਆਵਰ ਨਹੀਂ ਹੁੰਦਾ ਪਰ 45 ਮਿੰਟਸ ਦੀ ਕਲਾਸ ਹੁੰਦੀ 45 ਮਿੰਟਸ ਦੀ ਕਲਾਸ ਹੁੰਦੀ ਆ ਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਕਲਾਸ ਦੇ $35 ਜਾਂ $40 ਚਾਰਜ ਕਰਦੇ ਆ ਡਿਪੈਂਡ ਹਾਂ ਕਰਦਾ ਤੇ ਭਾਜੀ ਹੁਣ ਜਿੱਦਾਂ ਕਈ ਬੰਦੇ ਕਹਿੰਦੇ ਆ ਕਿ ਮੇਰੀ ਅੱਖਾਂ ਦੀ ਨਿਗਾਹ ਘੱਟ ਹੈ ਕਿ ਉਹ ਇਹ ਵੀ ਬਹੁਤ ਕਨਫਿਊਜ਼ਨ ਹੁੰਦੀ ਆ ਮੈਂ ਕਮੈਂਟ ਪੜ੍ਹਿਆ ਕਿ ਉਹਦੇ 'ਚ ਲਿਖਿਆ ਬੰਦਾ ਭਾਜੀ ਮੇਰੀਆਂ ਅੱਖਾਂ ਦੀ ਨਿਗਾਹ ਕਮਜ਼ੋਰ ਹੈ ਮੈਨੂੰ ਐਨਕਾਂ ਲੱਗੀਆਂ ਮੈਂ ਇੱਥੇ ਆ ਕੇ ਡਰਾਈਵਿੰਗ ਦੇ ਵਿੱਚ ਐਲੀਜੀਬਲ ਹੈਗਾ ਕਿ ਨਹੀਂ ਹੈਗਾ ਹਾਂ ਡਰਾਈਵਿੰਗ ਕਿੰਨੀ ਕਮਜ਼ੋਰ ਹੈ ਜਾਂ ਕਿੰਨੀ ਵਿਜ਼ੀਬਿਲਿਟੀ ਉਹਦੀ ਹੈਗੀ ਆ ਕਿੰਨਾ ਉਹ ਕਿੰਨੀ ਵਿਜ਼ਨ ਹੈ ਉਹਦੀ ਬੇਸਿਕਲੀ ਉੱਤੇ ਡਿਪੈਂਡ ਕਰਦਾ ਜਦੋਂ ਆਪਾਂ ਜੀਵਨ ਦੇਣ ਜਾਂਦੇ ਹਾਂ ਹਾਂਜੀ ਉਦੋਂ ਉਹਨਾਂ ਨੇ ਤੁਹਾਡਾ ਵਿਜ਼ਨ ਟੈਸਟ ਉਹਨਾਂ ਨੇ ਕਰਨਾ ਹੀ ਕਰਨਾ ਉਹ ਤਾਂ ਮਸ਼ੀਨ ਹੁੰਦੀ ਆ ਭਾਈ ਡਸਨਟ ਮੈਟਰ ਕਿ ਤੁਸੀਂ ਤੁਹਾਡੇ ਯੰਗ ਹੋ ਤੁਸੀਂ ਓਲਡ ਹੋ ਉਹਨਾਂ ਨੇ ਵਿਜ਼ਨ ਟੈਸਟ ਲੈਣਾ ਹੀ ਲੈਣਾ ਜੇ ਤੁਸੀਂ ਉਹ ਵਿਜ਼ਨ ਟੈਸਟ ਕਲੀਅਰ ਕਰਦੇ ਆ ਦੈਨ ਉਹਨਾਂ ਨੇ ਤੁਹਾਡਾ ਜੀਵਨ ਪ੍ਰੋਸੀਡ ਕਰਨਾ ਰਿਟਰਨ ਦੇਣ ਦੇਣਾ ਜੇ ਤੁਸੀਂ ਉੱਥੇ ਹੀ ਰੁਕ ਗਏ ਉਹ ਹੀ ਪਾਸ ਨਹੀਂ ਕਰਦੇ ਫਿਰ ਉਹਨਾਂ ਨੇ ਤੁਹਾਨੂੰ ਬਿਕੋਜ਼ ਯੂ ਆਰ ਨਾਟ ਸੇਫ ਟੂ ਡਰਾਈਵ ਔਨ ਰੋਡ ਹਨਾ ਤੁਸੀਂ ਆਪਣੀ ਵੀ ਲਾਈਫ ਖਤਰੇ 'ਚ ਪਾ ਰਹੇ ਹੋ ਦੂਜੇ ਦੀ ਵੀ ਬਿਕੋਜ਼ ਤੁਹਾਡੀ ਵਿਜ਼ਨ ਹੀ ਨਹੀਂ ਸਹੀ ਕਹਿੰਦਾ ਮਤਲਬ ਕਿ ਹੁਣ ਨੋਰਮਲੀ ਕਈਆਂ ਨੂੰ ਗਲਾਸਿਸ ਲੱਗੇ ਹੁੰਦੇ ਆ ਥੋੜ੍ਹੀ ਬਹੁਤੀ ਨਿਗਾਹ ਕਮਜ਼ੋਰ ਹੁੰਦੀ ਆ ਉਹਨਾਂ ਨੂੰ ਇੱਦਾਂ ਨਹੀਂ ਹੈਗਾ ਕਿ ਮੇਰਾ ਲਾਇਸੈਂਸ ਬਣਦਾ ਨਹੀਂ ਹੈਗਾ ਜਾਂ ਕੋਈ ਪ੍ਰੋਬਲਮ ਹੈ ਲਾਇਸੈਂਸ ਬਣ ਜਾਂਦਾ ਤੇ ਕਈ ਬੰਦੇ ਇੱਦਾਂ ਹੁੰਦੇ ਆ ਕਿ ਕਲਰ ਬਲਾਈਂਡ ਹੁੰਦੇ ਆ ਜਿਹੜੇ ਮੈਂ ਕਮੈਂਟ ਪੜ੍ਹੇ ਸੀ ਥੱਲੇ ਕਿ ਅਸੀਂ ਐਲੀਜੀਬਲ ਹੈਗੇ ਹਾਂ ਕੈਨੇਡਾ ਦੇ ਵਿੱਚ ਗੱਡੀ ਚਲਾਉਣ ਲਈ ਕਿ ਨਹੀਂ ਹੈਗੇ ਆ ਕਲਰ ਬਲਾਈਂਡ ਦੀ ਅਲੱਗ ਕੰਡੀਸ਼ਨਸ ਆ ਉਹ ਤਾਂ ਤੁਸੀਂ ਜਦੋਂ ਉੱਥੇ ਜਾਓਗੇ ਉਹਨਾਂ ਨੂੰ ਕੀ ਕਹਿੰਦੇ ਆਪਣਾ ਦੱਸੋਗੇ ਕਿ ਮੈਂ ਕਲਰ ਬਲਾਈਂਡ ਆ ਬੇਸਿਕਲੀ ਉਹਨਾਂ ਨੂੰ ਵਿਜ਼ਨ ਉਹ ਚਾਹੀਦੀ ਹੈ ਕਲਰ ਡਿਸਟਿੰਗੁਇਸ਼ ਨਾ ਵੀ ਕਰ ਪਾਏ ਤੇ ਉਹਦੇ ਲਈ ਅਲੱਗ ਪ੍ਰੋਵੀਜ਼ਨ ਹੈਗਾ ਜੋ ਕਿ ਉਹ ਤੁਹਾਨੂੰ ਉਸ ਟਾਈਮ ਜਿਹੜਾ ਉਹਨਾਂ ਨੇ ਤੁਹਾਨੂੰ ਉਸ ਬਰੀਫ ਕਰਨਾ ਜਾਂ ਕਿੱਦਾਂ ਤੁਸੀਂ ਕਰਨਾ ਜਾਂ ਡਾਕਟਰ ਦਾ ਨੋਟ ਚਾਹੀਦਾ ਜਾਂ ਜੋ ਵੀ ਆ ਉਹ ਤੁਹਾਨੂੰ ਉਹਨਾਂ ਨੇ ਉਸ ਟਾਈਮ ਦੱਸਣਾ ਕਈਆਂ ਦਾ ਇਹ ਵੀ ਆ ਅਸੀਂ ਇਹ ਵੀ ਡਾਊਟ ਦੂਰ ਕਰਨਾ ਕਿ ਜੇ ਕਿਸੇ ਆਪਣੇ ਭੈਣ ਭਰਾ ਨੂੰ ਇੱਕ ਅੱਖ ਤੋਂ ਦਿਸਦਾ ਆ ਤੇ ਉਹ ਗੱਡੀ ਚਲਾ ਸਕਦਾ ਚਲਾ ਸਕਦਾ ਡਿਪੈਂਡ ਕਿ ਉਹ ਮਿਨਿਸਟਰੀ ਵਾਲੇ ਕੀ ਕਹਿੰਦੇ ਆ ਤੁਸੀਂ ਉਹਨਾਂ ਦੀ ਜੇ ਜੋ ਵੀ ਬਰੀਫਿੰਗ ਹੈ ਜਾਂ ਜੋ ਵੀ ਡਿਸਕ੍ਰਿਪਸ਼ਨ ਹੈ ਜਾਂ ਜੋ ਵੀ ਉਹਨਾਂ ਨੇ ਕ੍ਰਾਈਟੀਰੀਆ ਰੱਖਿਆ ਜੇ ਤੁਸੀਂ ਉਹਨੂੰ ਕਲੀਅਰ ਕਰਦੇ ਆ ਦੈਨ ਓਬਵੀਅਸਲੀ ਯੂ ਕੈਨ ਡਰਾਈਵ ਬਟ ਜੇ ਤੁਸੀਂ ਉਹੀ ਨਹੀਂ ਕਲੀਅਰ ਕਰ ਪਾ ਰਹੇ ਫਿਰ ਨਹੀਂ ਇਹਨਾਂ ਨੇ ਡਰਾਈਵ ਕਰਨ ਦੀ ਤੇ ਇੱਕ ਚੀਜ਼ ਹੋਰ ਭਾਜੀ ਜਦੋਂ ਹੁਣ ਸਾਡਾ ਲਾਇਸੈਂਸ ਬਣ ਜਾਂਦਾ ਉਹਦੇ ਜੇ ਹੁਣ ਕਿਸੇ ਨੂੰ ਐਨਕਾਂ ਲੱਗੀਆਂ ਵਾ ਉਹ ਲਾਇਸੈਂਸ ਮੈਂ ਕੰਡੀਸ਼ਨ ਲੱਗ ਜਾਂਦੀ ਆ ਜੇ ਆਪਾਂ ਉਹ ਗਲਾਸਿਸ ਤੋਂ ਬਗੈਰ ਗੱਡੀ ਚਲਾਉਂਦੇ ਆ ਰੋਡ ਦੇ ਉੱਤੇ ਤਾਂ ਸਾਨੂੰ ਕੀ ਇਫੈਕਟ ਪੈਂਦਾ ਹੈ ਜੇ ਕਿਸੇ ਨੂੰ ਪੁੱਲ ਓਵਰ ਕਰਦੀ ਹੈ ਪੁਲਿਸ ਐਂਡ ਹੀ ਇਜ਼ ਨਾਟ ਵੇਅਰਿੰਗ ਗਲਾਸਿਸ ਕਿਉਂਕਿ ਸਭ ਤੋਂ ਪਹਿਲੇ ਉਹਨੇ ਲਾਇਸੈਂਸ ਹੀ ਦੇਖਣਾ ਲਾਇਸੈਂਸ ਤੇ ਐਕਸ ਕੰਡੀਸ਼ਨ ਐਂਡ ਇਫ ਯੂ ਆਰ ਨਾਟ ਵੇਅਰਿੰਗ ਫਿਰ ਪੁਲਿਸ ਉਸ 'ਚ ਵੀ ਦੇ ਸਕਦੀ ਹੈ ਤੁਹਾਨੂੰ ਟਿਕਟ ਹੈ ਨਾ ਜਾਂ ਵਾਰਨਿੰਗ ਦੇ ਸਕਦੀ ਹੈ ਜੋ ਵੀ ਆ ਹਾਂਜੀ ਉਹ ਉਹਨਾਂ ਦੇ ਆਫੀਸਰ ਤੇ ਡਿਪੈਂਡ ਕਰਦਾ ਕਿ ਕਿੱਦਾਂ ਬਟ ਆ ਰਿਕਮੈਂਡਡ ਨਹੀਂ ਹੈ ਕਿ ਤੁਹਾਡੇ ਗਲਾਸਿਸ
ਲਾਇਸੈਂਸ ਤੇ ਹੈ ਔਰ ਤੁਸੀਂ ਬਿਨਾਂ ਗਲਾਸਿਸ ਤੋਂ ਡਰਾਈਵ ਕਰਦੇ ਹੋ। ਕਈਆਂ ਦਾ ਹੁਣ ਕੁਐਸਚਨ ਇਹ ਹੈ ਕਿ ਫਰੈਂਡ ਦੀ ਗੱਡੀ ਤੇ ਟੈਸਟ ਦੇ ਸਕਦਾ ਹੈ? ਗੱਡੀ ਤੇ ਦੇ ਸਕਦੇ ਹੋ ਤੁਸੀਂ ਟੈਸਟ, ਆਬਵੀਅਸਲੀ ਫਰੈਂਡ ਦੀ ਗੱਡੀ ਤੇ ਵੀ ਦੇ ਸਕਦੇ ਹੋ, ਬਟ ਰਿਕਮੈਂਡਡ ਨਹੀਂ ਹੈ ਕਿਉਂਕਿ ਉਹਦੇ ਕੋਲ ਸੈਕਿੰਡ ਬ੍ਰੇਕ ਨਹੀਂ ਹੁੰਦੀ। ਕਿਉਂਕਿ ਇੱਥੇ ਜਿਹੜੀ ਇੰਸਟ੍ਰਕਟਰ ਦੀ ਗੱਡੀ ਹੁੰਦੀ ਆ, ਜਿਹੜਾ ਬੰਦਾ ਟੈਸਟ ਦੇਣ ਲੱਗਾ ਉਹ ਤਾਂ ਨਵਾਂ ਆ, ਐਗਜ਼ਾਮੀਨਰ ਨੇ ਹੁਣ ਆਪਣੀ ਲਾਈਫ ਥੋੜ੍ਹੀ ਖਤਰੇ 'ਚ ਪਾਣੀ ਆ। ਇਹਨਾਂ ਜਿਹੜੇ ਇੰਸਟ੍ਰਕਟਰ ਹੁੰਦੇ ਭਾਅ ਜੀ, ਉਹਨਾਂ ਦੀ ਗੱਡੀ 'ਚ ਇੱਕ ਸੈਕਿੰਡ ਬ੍ਰੇਕ ਕੰਡਕਟਰ ਸਾਈਡ ਤੇ ਲੱਗੀ ਹੁੰਦੀ ਹੈ ਕਿ ਕੱਲ ਨੂੰ ਕੁਛ ਵੀ ਹੁੰਦਾ ਹੈ ਉਹ ਬ੍ਰੇਕ ਮਾਰ ਸਕੇ। ਜ਼ਿਆਦਾ ਚਾਂਸਿਸ ਇਹ ਹੁੰਦੇ ਆ ਕਿ ਇੰਸਟ੍ਰਕਟਰ ਦੀ ਗੱਡੀ ਲੈ ਕੇ ਜਾਓ, ਉਹ ਸੇਫ ਹੈ। ਕਹਿਣ ਦਾ ਮਤਲਬ ਕਿਤੇ ਫਰੈਂਡ ਦੀ ਗੱਡੀ ਕਿਤੇ ਲੱਗ ਗਈ, ਤੁਹਾਨੂੰ ਜ਼ਿਆਦਾ ਕਲੇਮ ਪਾਸ ਨਹੀਂ ਹੋਣਾ, ਕਿਉਂਕਿ ਇੰਸ਼ੋਰੈਂਸ ਦੇ ਵਿੱਚ ਤੁਹਾਡਾ ਨਾਂ ਹੋਣਾ ਨਹੀਂ, ਕਿਉਂਕਿ ਤੁਹਾਡੇ ਕੋਲ ਤਾਂ ਲਾਇਸੈਂਸ ਹੈ ਨਹੀਂਗਾ। ਅਤੇ ਅਸੀਂ ਇਹੀ ਰੈਕਮੈਂਡ ਕਰਦੇ ਹਾਂ ਕਿ ਇੰਸਟ੍ਰਕਟਰ ਦੀ ਗੱਡੀ ਲੈ ਕੇ ਜਾਓ। ਇੱਕ ਕੁਐਸਚਨ ਭਾਅ ਜੀ ਹੋਰ ਹੈ, ਜਿੱਦਾਂ ਹੁਣ ਕਿ ਕਈ ਕਹਿੰਦੇ ਆ ਕਿ ਅਸੀਂ ਇੰਡੀਆ ਤੋਂ ਆਏ ਹਾਂ, ਕਿ ਅਸੀਂ ਤਾਂ ਉੱਥੇ 10 ਸਾਲ ਗੱਡੀ ਚਲਾਉਂਦੇ ਰਹੇ, ਕਿ ਅਸੀਂ ਇੱਥੇ ਆ ਕੇ ਕਲਾਸਾਂ ਲੈਣ ਦੀ ਲੋੜ ਹੈਗੀ ਹੈ ਸਾਨੂੰ, ਕਿ ਅਸੀਂ ਸਿੱਧਾ ਹੀ ਟੈਸਟ ਆਪਣੇ ਹੀ ਜਾ ਕੇ ਦੇ ਸਕਦੇ ਹਾਂ ਟੈਸਟ ਸੈਂਟਰ ਦੇ ਵਿੱਚ? ਮੈਂ ਤਾਂ ਕਹੂੰਗਾ ਕਿ ਹਮੇਸ਼ਾ ਆਪਾਂ ਜਦੋਂ ਵੀ ਕਿਸੇ ਵੀ ਨਵੀਂ ਕੰਟਰੀ ਨੂੰ ਵਿਜ਼ਿਟ ਕਰਦੇ ਹਾਂ, ਹੈ ਨਾ, ਅਤੇ ਉਹਦੇ ਰੂਲਸ ਕੀ ਹੈ, ਕਿੱਦਾਂ ਉੱਥੇ ਗੱਡੀ ਚਲਾਉਣੀ ਜਾਂ ਕੀ ਆ, ਉਹ ਸਿੱਖਣੇ ਬਹੁਤ ਜ਼ਰੂਰੀ ਆ। ਸਾਨੂੰ ਪਤਾ ਹੀ ਨਹੀਂ ਕਿ ਰੈੱਡ ਲਾਈਟ 'ਤੇ ਇੱਥੇ ਫ੍ਰੀ ਟਰਨ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਸਾਡੇ ਓਪੋਜ਼ਿਟ ਸਾਈਡ ਡਰਾਈਵਿੰਗ ਹੈ, ਇੰਡੀਆ ਹੋਰ ਸਾਈਡ ਆ, ਹੈ ਨਾ। ਅਤੇ ਮੈਂ ਹਮੇਸ਼ਾ ਇਹ ਰਿਕਮੈਂਡ ਕਰੂੰਗਾ ਕਿ ਐਟਲੀਸਟ ਕਲਾਸਿਸ ਲਓ, 5 ਕੁ ਕਲਾਸਿਸ ਲਓ, ਜਿਹਦੇ 'ਚ ਤੁਹਾਨੂੰ ਰੂਲਸ ਵਗੈਰਾ, ਜਿਹਨੇ ਬਹੁਤ ਜ਼ਿਆਦਾ ਚਲਾਈ ਹੋਈ ਹੈ ਗੱਡੀ, ਜਿਹਨੇ ਚਲਾਈ ਹੈ ਓਬਵੀਅਸਲੀ ਉਹਨੂੰ ਤਾਂ ਸਿਰਫ ਰੂਲ ਉਹਨੂੰ ਇੱਕ ਫੈਮਿਲੀਅਰ ਕਰਾਉਣਾ ਪੈਣਾ, ਅਤੇ ਉਹਦੇ ਲਈ ਮੈਕਸੀਮਮ 5 ਕਲਾਸਿਸ ਇਨਫ ਨੇ ਕਿ ਰੂਲਸ ਨੂੰ ਸਾਰੇ ਉਹ ਕਵਰ ਕਰ ਲਏ। ਅਤੇ ਭਾਅ ਜੀ ਇੱਕ ਹੋਰ ਕੁਐਸਚਨ ਹੈ, ਇਹ ਵੀ ਕਨਫਿਊਜ਼ ਨਹੀਂ ਹੈ, ਕਹਿੰਦੇ ਆਟੋਮੈਟਿਕ ਕਾਰ 'ਤੇ ਟੈਸਟ ਦਿੰਦੇ ਹਾਂ ਕੈਨੇਡਾ ਦੇ ਵਿੱਚ ਕਿ ਮੈਨੂਅਲ ਦੇ ਵਿੱਚ? ਆਪਾਂ ਦੋਨਾਂ 'ਤੇ ਦੇ ਸਕਦੇ ਹਾਂ, ਬਟ ਮੋਸਟ ਆਫ ਦੀ ਟਾਈਮ ਜੇ ਤੁਸੀਂ ਕਿਸੇ ਇੰਸਟ੍ਰਕਟਰ ਨਾਲ ਜਾਂਦੇ ਹੋ, ਮੋਸਟ ਆਫ ਦੀ ਟਾਈਮ ਆਟੋਮੈਟਿਕ ਕਾਰਸ ਹੀ ਹੁੰਦੀਆਂ। ਇੱਕ ਕੁਐਸਚਨ ਹੋਰ ਹੈ ਕਿ ਜਿੱਦਾਂ ਕੋਈ ਫੇਲ ਹੋ ਜਾਂਦਾ ਬੰਦਾ, ਮੰਨ ਲਓ G2 ਦੇਣ ਗਿਆ ਜਾਂ G2 ਦੇ ਵਿੱਚੋਂ ਫੇਲ ਹੋ ਗਿਆ, ਅਤੇ ਉਹ ਕਿੰਨੇ ਟਾਈਮ ਬਾਅਦ 'ਚੋਂ ਅੱਗੇ G2 ਟੈਸਟ ਦੇ ਸਕਦਾ? ਉਹਨੂੰ ਕੋਈ ਟਾਈਮ ਲਿਮਿਟ ਵੀ ਹੁੰਦੀ ਹੈ, 10 ਦਿਨ ਜਾਂ 2 ਦਿਨ ਜਾਂ ਕਿੰਨਾ ਹੁੰਦਾ? ਆਪਣੇ ਓਨਟੈਰੀਓ ਦੀ ਮੈਂ ਗੱਲ ਕਰੂੰਗਾ, ਬਾਕੀ ਹੋਰ ਪ੍ਰੋਵਿੰਸ ਦਾ ਡਿਫਰੈਂਟ ਆਪਣਾ ਹੈਗਾ। ਓਨਟੈਰੀਓ 'ਚ ਕੀ ਹੈਗਾ ਕਿ ਅਗਰ ਤੁਸੀਂ ਫਸਟ ਟਾਈਮ G1 ਤਾਂ ਆਪਾਂ ਨਾਲ ਦੇ ਨਾਲ ਹੀ ਦੇ ਸਕਦੇ ਹਾਂ, ਠੀਕ ਹੈ ਨਾ, ਅੱਜ ਫੇਲ ਹੋਏ ਭਾਵੇਂ ਤੁਸੀਂ 2 ਘੰਟੇ ਬਾਅਦ ਦੀ, ਜਿਹੜਾ ਰਿਟਨ ਟੈਸਟ ਹੁੰਦਾ, ਜਿਹੜਾ ਰਿਟਨ ਟੈਸਟ ਹੁੰਦਾ, ਜਿਹੜਾ ਹੈਗਾ ਡਰਾਈਵਿੰਗ ਟੈਸਟ, ਐਕਚੁਅਲੀ ਡਰਾਈਵਿੰਗ ਟੈਸਟ ਜਿਹੜਾ ਹੁੰਦਾ, ਉਹਦੇ 'ਚ ਅਗਰ ਮੰਨ ਲਓ G2 'ਚ ਮੈਂ ਅੱਜ ਫੇਲ ਹੋ ਗਿਆ, ਅਤੇ ਮੈਂ ਅੱਜ ਤੋਂ 10 ਦਿਨ ਬਾਅਦ ਦੇ ਸਕਦਾ, ਤਾਂ ਮੈਂ ਐਲੀਜੀਬਲ ਕਰਦਾ G2। G ਦਾ ਵੀ ਸੇਮ ਹੀ ਹੈਗਾ, ਫੋਰ ਐਗਜ਼ਾਮਪਲ ਅਗਰ ਮੈਂ G ਟੈਸਟ ਦੇ ਰਿਹਾ ਔਰ ਮੈਂ G 'ਚ ਫੇਲ ਹੋ ਜਾਂਦਾ, ਫਿਰ ਮੈਂ 10 ਦਿਨ ਬਾਅਦ ਹੀ ਦੇ ਸਕਦਾ। ਉਸ ਤੋਂ ਪਹਿਲਾਂ ਤੁਸੀਂ ਅਗਰ ਡੇਟਸ ਵੀ ਅਵੇਲੇਬਲ ਹੈ, ਫੋਰ ਐਗਜ਼ਾਮਪਲ, ਉਹ ਸਿਸਟਮ ਤੁਹਾਨੂੰ ਬੁੱਕ ਹੀ ਨਹੀਂ ਕਰਨ ਦੇਗਾ। ਅਗਰ ਬਾਈ ਚਾਂਸ ਬੁੱਕ ਹੋ ਗਿਆ ਅਤੇ ਉਹ ਤੁਸੀਂ ਜਦੋਂ ਡਰਾਈਵ ਟੈਸਟ ਸੈਂਟਰ ਜਾਓਗੇ, ਉਹਨੇ ਉੱਥੇ ਰੈਕਰਡ 'ਚ ਨਿਕਲ ਜਾਣਾ, ਰੈਕਰਡ 'ਚ। ਤੁਸੀਂ ਕਹਿੰਦੇ ਮਤਲਬ 10 ਦਿਨ ਟੈਸਟ ਨਹੀਂ ਦੇ ਸਕਦੇ ਜੇ G2 ਚੋਂ ਫੇਲ ਹੁੰਦੇ ਹਾਂ ਜਾਂ G ਦੇ ਵਿੱਚੋਂ ਫੇਲ ਹੁੰਦੇ ਹਾਂ। ਇੱਕ ਆਪਣੇ ਅਨੂਬਮਰ ਹੈ, ਉਹਦਾ ਉਹ ਆਪਾਂ ਫਿਰ ਕਿਸੇ ਦਿਨ ਜੇ ਤੁਸੀਂ ਕਹੋਗੇ ਤਾਂ ਵੀਡੀਓ ਬਣਾਵਾਂਗੇ। ਉਹ ਕਹਿੰਦੇ ਪੈਰਲਰ ਪਾਰਕਿੰਗ ਕਿੱਦਾਂ ਲੱਗਦੀ ਆ, ਹੁਣ ਇੱਦਾਂ ਅਸੀਂ ਦੱਸ ਨਹੀਂ ਸਕਦੇ ਕਿ ਪੈਰਲਰ ਪਾਰਕਿੰਗ ਕਿੱਦਾਂ ਲੱਗਦੀ, ਜੇ ਤੁਸੀਂ ਕਹੋਗੇ ਤਾਂ ਅਸੀਂ ਉਹਦੇ 'ਤੇ ਇੱਕ ਪ੍ਰੈਕਟੀਕਲੀ ਵੀਡੀਓ ਬਣਾ ਕੇ ਭਾਅ ਜੀ ਉਹਨਾਂ ਦੇ ਨਾਲ ਸਾਰੇ ਰੂਲ ਐਂਡ ਰੈਗੂਲੇਸ਼ਨ ਜਿੱਦਾਂ ਵੀ ਪਾਰਕਿੰਗ ਹੁੰਦੀਆਂ ਆ ਸਾਰੀਆਂ ਆਪਾਂ ਵੀਡੀਓ ਪਾ ਦੇਵਾਂਗੇ। ਭਾਅ ਜੀ ਕਰ ਸਕਦੇ ਵੀਡੀਓ? ਹਾਂਜੀ। ਇੱਕ ਕੁਐਸਚਨ ਹੋਰ ਹੈ, ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਇਹਦੇ 'ਚ ਬਹੁਤ ਸਾਰੇ ਕੁਐਸਚਨ ਕਵਰ ਕਰਨੇ, ਇਹ ਮੇਰੇ ਨਹੀਂ ਹੈਗੇ ਆ, ਜਿਹੜੇ ਆਲਰੇਡੀ ਯੂਟਿਊਬ 'ਤੇ ਕਮੈਂਟ ਪਏ ਉਹ ਮੈਂ ਉਹਨਾਂ ਦਾ ਜਵਾਬ ਭਾਅ ਜੀ ਕੋਲੋਂ ਪੁੱਛ ਰਿਹਾ। ਕਹਿੰਦੇ ਆ G1 ਸਿਰਫ ਇੰਗਲਿਸ਼ 'ਚ ਹੁੰਦਾ, ਹਿੰਦੀ ਜਾਂ ਪੰਜਾਬੀ 'ਚ ਵੀ ਦੇ ਸਕਦੇ ਹਾਂ ਆਪਾਂ ਇੱਥੇ, ਜਿਹੜਾ G1 ਟੈਸਟ, ਰਿਟਨ ਟੈਸਟ? G1 ਦੇ ਸਕਦੇ ਹਾਂ ਆਪਾਂ, ਡਿਫਰੈਂਟ ਲੈਂਗੁਏਜ, 12 ਲੈਂਗੁਏਜਿਸ 'ਚ ਅਵੇਲੇਬਲ ਹੈ G1। ਉਹਨਾਂ ਨੂੰ ਜਦੋਂ ਤੁਸੀਂ G1 ਜਾਣਾ, ਉਹਨਾਂ ਨੂੰ ਕਾਊਂਟਰ 'ਤੇ ਕਹਿ ਦੇਣਾ ਕਿ ਬਈ ਮੈਨੂੰ ਜਿਹੜਾ ਪੰਜਾਬੀ 'ਚ ਦੇਣਾ ਆ ਜਾਂ ਹਿੰਦੀ 'ਚ ਦੇਣਾ, ਇੰਗਲਿਸ਼ 'ਚ ਦੇਣਾ, ਉਰਦੂ 'ਚ ਦੇਣਾ, ਕਈ ਲੈਂਗੁਏਜ 'ਚ ਹੋਰ ਵੀ ਹੁੰਦੀਆਂ ਆ, ਤੁਸੀਂ ਜ਼ਿਆਦਾ 'ਚ ਟੈਸਟ ਦੇਣਾ ਚਾਹੁੰਦੇ ਆ ਦੇ ਸਕਦੇ ਹਾਂ। ਗੌਰਵ ਸ਼ਰਮਾ ਨੇ ਕੁਐਸਚਨ ਪੁੱਛਿਆ ਕਿ ਜਿਹੜਾ ਰਿਟਨ ਟੈਸਟ G ਹੁੰਦਾ ਆ, ਇਹਦੇ ਵਿੱਚ ਪਾਸ ਹੋਣ ਲਈ G1 ਦੇ ਵਿੱਚ ਰਿਟਨ ਟੈਸਟ 'ਚ ਕਿੰਨੇ ਕੁਐਸਚਨ ਹੁੰਦੇ, ਸਾਨੂੰ ਪਾਸ ਹੋਣ ਲਈ ਕਿੰਨੇ ਫੁੱਲ ਕੁਐਸਚਨ ਹੁੰਦੇ ਅਤੇ ਕਿੰਨੇ ਅਸੀਂ ਪਾਸ ਕਰ ਸਕਦੇ ਹਾਂ ਹੋਣ ਲਈ? ਹੁਣ G1 ਜਿਹੜਾ ਟੈਸਟ ਹੈ ਉਹਦੇ 'ਚ ਦੇਖਿਆ ਜਾਏ ਤਾਂ 40 ਕੁਐਸਚਨਸ ਹੁੰਦੇ ਆ ਟੋਟਲ। ਉਹਨਾਂ ਨੇ ਹੁਣ ਉਹਨੂੰ 2 ਪਾਰਟਸ 'ਚ ਕੀਤਾ ਹੋਇਆ। ਪਹਿਲਾ ਪਾਰਟ ਹੈਗਾ ਸਾਇੰਸ, ਜਿਵੇਂ ਕਿ ਰੋਡ ਸਾਇੰਸ ਜਿਵੇਂ ਹੁੰਦੇ ਆ, ਅੱਗੇ ਵੈਟ ਰੋਡ ਹੈ, ਨੈਰੋ ਪਾਥ ਹੈ, ਉਹਦੇ 20 ਕੁਐਸਚਨਸ ਹੋਣਗੇ, 20 ਕੁਐਸਚਨਸ ਤੁਹਾਡੇ ਰੂਲ ਦੇ ਹੋਣਗੇ, ਠੀਕ ਹੈ। ਹੁਣ ਦੋਨਾਂ 'ਚੋਂ ਅਲੱਗ ਅਲੱਗ ਪਾਸ ਹੋਣਾ ਜ਼ਰੂਰੀ ਆ, ਟੋਟਲ 40 ਆ, ਹੈ ਨਾ। ਤੁਹਾਨੂੰ 20 ਸਾਇੰਸ ਆ ਗਏ, 20 ਰੂਲਸ ਆ ਗਏ, ਜਿਹੜੇ ਸਾਇੰਸ ਆ 20 ਹਰੇਕ 'ਚੋਂ ਸਾਨੂੰ 16 ਤਾਂ ਮਿਨੀਮਮ ਚਾਹੀਦੇ ਹੀ ਆ, ਜੇ 16 ਤੋਂ ਘੱਟ ਹੈ, ਜੇ ਤੁਹਾਡੇ 15 ਵੀ ਆ ਗਏ ਤੁਸੀਂ ਫੇਲ ਕਰ ਜਾਂਦੇ ਹੋ। ਸੋ
ਸਾਨੂੰ ਪਾਸ ਓਨਲੀ 16 ਕਰੈਕਟ ਚਾਹੀਦੇ ਆ ਈਚ ਸੈਕਸ਼ਨ ਦੇ ਵਿੱਚ ਚਾਹੀਦੇ ਆ ਤੁਸੀਂ ਤਾਂ ਜੀਵਨ ਕਲੀਅਰ ਕਰ ਪਾਓਗੇ। ਸੁਰਿੰਦਰ ਸ਼ਰਮਾ ਜੀ ਕਹਿੰਦੇ ਆ 12 ਸਾਲਾਂ ਦਾ ਐਕਸਪੀਰੀਅੰਸ ਹੈ ਮੇਰੇ ਕੋਲ ਅਤੇ ਮੇਰੀ 50 ਸਾਲ ਦੀ ਉਮਰ ਹੈ ਕਿ ਮੈਂ ਇੱਥੇ ਐਲੀਜੀਬਲ ਹੈਗਾ ਕੈਨੇਡਾ ਦੇ ਵਿੱਚ ਲਾਇਸੈਂਸ ਲੈਣ ਲਈ ਕਿ ਨਹੀਂ ਹੈਗਾ। ਇਹਨਾਂ ਦਾ ਕਨਫਿਊਜ਼ਨ ਇਹ ਹੈ ਵੈਲਿਡ ਹੈ ਲੈ ਸਕਦੇ ਹੋ ਕਿ ਕੋਈ ਉਮਰ ਹੈ ਨਹੀਂ ਗੀ ਇੱਥੇ ਤੁਸੀਂ ਸਿਰਫ ਸਟਾਰਟਿੰਗ ਏਜ ਹੈ 16 ਤੋਂ ਥੱਲੇ ਨਹੀਂ ਹੋਣਾ ਚਾਹੀਦਾ ਉੱਤੇ ਤੁਸੀਂ ਉਹਨਾਂ ਦੀਆਂ ਜੋ ਟਰਮਸ ਐਂਡ ਕੰਡੀਸ਼ਨ ਹੈ ਉਹ ਕਲੀਅਰ ਕਰਕੇ ਤੁਸੀਂ ਆਪਣਾ ਲਾਇਸੈਂਸ ਲੈ ਸਕਦੇ ਆ। ਉਹ ਫਿਰ ਉਹੀ ਵਾਲੀ ਗੱਲ ਆ ਗਈ ਕਹਿੰਦੇ ਇੰਡੀਆ ਵਾਲਾ ਜਿਹਦੇ ਕੋਲ ਹੈਵੀ ਟਰੱਕ ਦਾ ਲਾਇਸੈਂਸ ਆਲਰੇਡੀ ਹੈਗਾ ਉਹ ਜੀ ਲੈ ਸਕਦਾ ਕੈਨੇਡਾ ਦੇ ਵਿੱਚ ਸਿੱਧਾ ਆ ਕੇ ਲੈ ਸਕਦਾ ਡਿਪੈਂਡਿੰਗ ਕਿੰਨਾ ਐਕਸਪੀਰੀਅੰਸ ਹੈ ਇਹਨਾਂ ਦੇ ਐਕਸਪੀਰੀਅੰਸ ਤੇ ਆ ਕਿ ਕਿਤੇ ਮੈਟਰ ਐਕਸਪੀਰੀਅੰਸ ਹੈਗਾ ਐਕਸਪੀਰੀਅੰਸ ਦਾ ਐਕਸਟ੍ਰੈਕਟ ਯਾ ਬ੍ਰੇਕਾਂ ਇਹਦਾ ਆ ਗਿਆ ਟਰੱਕ ਦਾ ਆ ਗਿਆ ਟਰੱਕ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਆਪਣੇ ਪੁਆਇੰਟ ਆਫ ਵਿਊ ਤੋਂ ਕੋਈ ਵੀਡੀਓ ਨਹੀਂ ਬਣਾਉਣਾ ਚਾਹਣਾ ਮੈਂ ਪ੍ਰੋਪਰ ਟਰੱਕਿੰਗ ਸਕੂਲ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਦੱਸੂਗਾ ਕਿ ਏਅਰ ਬ੍ਰੇਕਾਂ ਦੀਆਂ ਕਲਾਸਾਂ ਕਿੱਦਾਂ ਹੁੰਦੀਆਂ ਆ ਟਰੱਕ ਦੀਆਂ ਕਲਾਸਾਂ ਬੈਗ ਲਾਉਣ ਦੀਆਂ ਰੋਡ ਦੀਆਂ ਜਾਂ ਕਿੰਨਾ ਖਰਚਾ ਆਉਂਦਾ ਆ ਉਹ ਪ੍ਰੋਪਰ ਇੱਕ ਅਲੱਗ ਤੋਂ ਵੀਡੀਓ ਬਣਾਊਂਗਾ ਪ੍ਰੈਕਟੀਕਲੀ ਜਿੰਨੇ ਕੁ ਵੀ ਮੇਰੇ ਕੋਲ ਕੁਐਸਚਨ ਸੀਗੇ ਜਿੰਨੇ ਕੁ ਵੀ ਮੈਂ ਨੋਟ ਕੀਤੇ ਸੀ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਦੇ ਆਂਸਰ ਦੇ ਦਿੱਤੇ ਆ ਭਾਜੀ ਹੋਣਾਂ ਤੋਂ ਭਾਜੀ ਹੋਣਾਂ ਨੇ ਆਂਸਰ ਦਿੱਤੇ ਆ ਮੈਂ ਨਹੀਂ ਦਿੱਤੇ ਆ ਕਿਉਂਕਿ ਮੈਂ ਆਪਣਾ ਪੁਆਇੰਟ ਆਫ ਵਿਊ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਭਾਜੀ ਹੋਣਾਂ ਦਾ ਕੰਮ ਹੀ ਇਹੀ ਆ ਪ੍ਰੋਫੈਸ਼ਨ ਇਹ ਆ ਮੈਨੂੰ ਲੱਗਦਾ ਕਿ ਮੈਂ ਜਿੰਨੇ ਵੀ ਕੁਐਸਚਨ ਆਂਸਰ ਆ ਉਹਨਾਂ ਦੇ ਸਾਰਿਆਂ ਦੇ ਤੁਹਾਡੇ ਜਵਾਬ ਦੇ ਦਿੱਤੇ ਹੋਊਗੇ ਬਟ ਜੇ ਤੁਹਾਡਾ ਹੋਰ ਵੀ ਕੋਈ ਕੁਐਸਚਨ ਹੈਗਾ ਕਨਫਿਊਜ਼ਨ ਹੈਗੀ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਆ ਜਾਂ ਮੇਰੀ ਇੰਸਟਾਗ੍ਰਾਮ ਦੀ ਆਈਡੀ 'ਤੇ ਜਾ ਕੇ ਤੁਸੀਂ ਮੈਨੂੰ ਉੱਥੇ ਮੈਸੇਜ ਭੇਜ ਸਕਦੇ ਆ ਕਿਉਂਕਿ ਮੈਂ ਯੂਟਿਊਬ ਦਾ ਮੈਸੇਜ ਲੇਟ ਹੀ ਦੇਖਦਾ ਹੁੰਦਾ ਬਟ ਇੰਸਟਾ ਦਾ ਇੱਦਾਂ ਹੁੰਦਾ ਕਿ ਬੰਦੇ ਦੇ ਫੋਨ 'ਤੇ ਨੋਟੀਫਿਕੇਸ਼ਨ ਆ ਜਾਂਦੀ ਹੈ ਅਤੇ ਭਾਜੀ ਹੋਣਾਂ ਦਾ ਮੈਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਊਂਗਾ ਕਿ ਜੇ ਕੱਲ੍ਹ ਨੂੰ ਕੋਈ ਆਪਣਾ ਇੰਡੀਆ ਤੋਂ ਭੈਣ ਭਰਾ ਦਾ ਕੋਈ ਸਵਾਲ ਜਵਾਬ ਹੈਗਾ ਆ ਉਹ ਮੈਨੂੰ ਵੀ ਮੈਸੇਜ ਕਰ ਸਕਦੇ ਆ ਭਾਜੀ ਨੂੰ ਡਾਇਰੈਕਟ ਕਾਲ ਕਰ ਸਕਦੇ ਆ ਕਿਸੇ ਨੇ ਆਪਣਾ ਲਾਇਸੈਂਸ ਬਣਾਉਣਾ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਭਾਜੀ ਦਾ ਨੰਬਰ ਨਾਮ ਅਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਆ ਲਓ ਜੀ ਜੇ ਤੁਹਾਨੂੰ ਇੰਨੀ ਕੁ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਮੈਂਟ ਕਰਕੇ ਜਾਇਓ ਜਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਕਿਉਂਕਿ ਮੈਨੂੰ ਉਹਦੇ ਨਾਲ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ ਕਿ ਅੱਗੇ ਵਾਸਤੇ ਅਸੀਂ ਹੋਰ ਵੀ ਵੀਡੀਓ ਹੋਰ ਚੰਗੇ ਕੰਮ ਕਰੀਏ ਚੰਗਾ ਜੀ ਰੱਬ ਰਾਖਾ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ